ਸੇਵਕਾਂ ਦੀ ਲਾਜ ਸੱਚੇ ਸਤਿਗੁਰ।
ਸੀਸ ਚਰਨੀ ਨਿਵਾ ਕੇ, ਹੱਥ ਜੋੜ ਪੱਲਾ ਪਾ ਕੇ ਸੀਸ ਚਰਨੀ ਨਿਵਾ ਕੇ, ਹੱਥ ਜੋੜ ਪੱਲਾ ਪਾ ਕੇ ਸੀਸ ਚਰਨੀ ਨਿਵਾ ਕੇ, ਹੱਥ ਜੋੜ ਪੱਲਾ ਪਾ ਕੇ ਸੀਸ ਚਰਨੀ ਨਿਵਾ ਕੇ, ਓਟ ਇੱਕ ਦੀ ਟਕਾ ਕੇ ਦਈਏ ਮਨ ਦੀ ਆਵਾਜ਼, ਸੱਚੇ ਸਤਿਗੁਰ ਸਤਿਗੁਰ ਜੀ ਰੱਖੋ ਸੇਵਕਾਂ ਦੀ ਲਾਜ, ਸੱਚੇ ਸਤਿਗੁਰ ਸਤਿਗੁਰ ਜੀ ਰੱਖੋ ਸੇਵਕਾਂ ਦੀ ਲਾਜ, ਸੱਚੇ ਸਤਿਗੁਰ ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਿਸਰ ਨਹੀਂ ਦਾਤਾ ਵਿਸਰ ਨਹੀਂ ਦਾਤਾ ਆਪਣਾ ਨਾਮ ਦਿਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏ ਹੋ ਜਸ ਗਾਈਏ, ਤੇਰੇ ਨਾਮ ਨੂੰ ਧਿਆਈਏ ਦਿਨੇ ਰਾਤ ਜਸ ਗਾਈਏ, ਗੁਣ ਤੇਰੇ ਵਡਿਆਈਏ ਇਹੋ ਦਿਲੀ ਪਰਵਾਜ, ਸੱਚੇ ਸਤਿਗੁਰ ਸਤਿਗੁਰ ਜੀ ਰੱਖੋ ਸੇਵਕਾਂ ਦੀ ਲਾਜ, ਸੱਚੇ ਸਤਿਗੁਰ ਸਤਿਗੁਰ ਜੀ ਰੱਖੋ ਸੇਵਕਾਂ ਦੀ ਲਾਜ, ਸੱਚੇ ਸਤਿਗੁਰ ਬਖਸ਼ੋ ਨਾਮ ਦੇ ਖਜ਼ਾਨੇ ਤੇਰੀ ਦੀਦ ਦੇ ਦੀਵਾਨੇ, 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 ਗਾਈਏ ਸਾਗਰ ਤਰਾਨੇ ਸਾਡੇ ਸਾਈਂ ਸਰਤਾਜ, ਸੱਚੇ ਸਤਿਗੁਰ ਸਤਿਗੁਰ ਜੀ ਰੱਖੋ ਸੇਵਕਾਂ ਦੀ ਲਾਜ, ਸੱਚੇ ਸਤਿਗੁਰ ਸਤਿਗੁਰ ਜੀ ਰੱਖੋ
ਸੱਚੇ ਸਤਿਗੁਰ ਹੋ। ਵਾਹਿਗੁਰੂ। ਮਿਲਦੀ ਫਤਿਹ ਵੱਡੀ ਹੈ ਉਹਨਾਂ ਸੂਰਿਆਂ ਨੂੰ ਆਪਣਾ ਆਪ ਜੋ ਗੁਰੂ ਤੋਂ ਵਾਰਦੇ ਨੇ, ਪਾਉਂਦੇ ਭੌਰੇ ਨੇ ਫਤਿਹ ਸੁਗੰਧੀਆਂ ਤੇ ਸਮਾਂ ਫੁੱਲ ਦੇ ਵਿੱਚ ਗੁਜ਼ਾਰਦੇ ਨੇ। ਉਹ ਚਕੋਰ ਨੇ ਚੰਨ ਨੂੰ ਫਤਿਹ ਕਰਦੇ, ਉਹ ਚਕੋਰ ਨੇ ਚੰਨ ਨੂੰ ਫਤਿਹ ਕਰਦੇ, ਨਿਗਾਹ ਇੱਕ ਦੇ ਵਿੱਚ ਟਿਕਾਉਣ ਜਿਹੜੇ ਬੰਦੇ ਫਤਿਹ ਦੇ ਅਸਲ ਹੱਕਦਾਰ ਗਿਣੀਏ, ਗੁਰੂ ਸੰਗਤੀ ਫਤਿਹ ਬੁਲਾਉਣ ਜਿਹੜੇ। ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾਓ, ਪਿਆਰ ਅਤੇ ਸਤਿਕਾਰ ਸਹਿਤ ਇੱਕੋ ਆਵਾਜ਼ ਦੇ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹੋ ਗੁਰਮੁਖੋ, ਪਿਛਲੇ 7 ਦਿਨਾਂ ਤੋਂ ਲੈ ਕੇ ਲਗਾਤਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਕੇ ਆਪਣੇ ਜੀਵਨ ਦੀ ਸਿੱਖਿਆ ਨੂੰ ਲੈ ਰਹੇ ਹਾਂ। ਸੰਗਤ ਦੀ ਮਹਾਨਤਾ, ਸੰਗਤ ਦੀ ਵਡਿਆਈ, ਸਾਧੂ ਜਨਾਂ ਦਾ ਜਸ ਸਾਡੇ ਤੋਂ ਪਹਿਲਾਂ ਆਪ ਜੀ ਕਵੀਸ਼ਰਾਂ ਦੇ ਕੋਲੋਂ ਸਰਵਣ ਕਰ ਰਹੇ ਸੀ। ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾਉਂਦੇ ਆ, ਕਹਿੰਦੇ ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ, ਗੁਰਪ੍ਰਸਾਦੀ ਘੱਟ ਚਾਨਣਾ ਹਨੇਰ ਗਵਾਇਆ। ਇੱਥੇ ਆ ਕੇ ਬੰਦੇ ਦੇ ਅੰਦਰੋਂ ਹਨੇਰਾ ਨਿਕਲਦਾ, ਹਨੇਰਾ ਕਾਹਦਾ? ਭਰਮਾਂ ਦਾ। ਅੱਜ ਜਿਹੜਾ ਮਨੁੱਖ ਆ ਗੁਰਮੁਖੋ, ਪਰਮੇਸ਼ੁਰ ਤੋਂ ਕਿਉਂ ਦੂਰ ਹੋ ਕੇ ਬੈਠਾ? ਕਿਉਂਕਿ ਸਾਡੇ ਅੰਦਰ ਭਰਮ ਆ ਜਾਂਦੇ ਆ। ਭਰਮਾਂ ਦਾ ਕਰਕੇ ਅਸੀਂ ਪਰਮੇਸ਼ੁਰ ਤੋਂ ਦੂਰ ਹੋ ਜਾਂਦੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ, ਉਨਾ ਚਿਰ ਸਾਡੇ ਭਰਮ ਦੂਰ ਨਹੀਂ ਜੀ ਆਉਂਦੇ। ਕਿਉਂਕਿ ਹੋਰ ਤਾਂ ਕਿਧਰੋਂ ਨਿਕਲਣੇ ਨਹੀਂ ਹੈ, ਨਿਕਲਣੇ ਮਾਰੇ ਕਹਿੰਦੇ ਸਾਧੂ ਦੀ ਸ਼ਰਨ ਦੇ ਵਿੱਚ ਆ ਕੇ ਆ। ਤਾਂ ਕਰਕੇ ਸਤਿਗੁਰੂ ਜੀ ਕਹਿੰਦੇ, ਡੀਗਨ ਡੋਲਾ ਤਉ ਲਾਓ ਜੋ ਮੰਨ ਕੇ, ਭਰਮਾ ਭਰਮ ਕਾਟੇ ਗੁਰ ਆਪਣੇ ਪਾਏ ਬਿਸਰਮਾ। ਠੱਲ ਪੈ ਜਾਂਦੀ ਹੈ ਸੰਗਤ ਦੇ ਵਿੱਚ ਆ ਕੇ ਮਨੁੱਖ ਨੂੰ। ਸਮਾਂ ਬਹੁਤਾ ਹੈ ਨੰਗੀ, ਸੰਗਤ ਜੀ ਸੀਮਤ ਹੈ, ਇਸੇ ਕਰਕੇ ਸਿੱਧਾ ਉਸ ਗੱਲ ਦੇ ਉੱਤੇ ਆਈਏ ਜੋ ਗੱਲ ਕਹਿਣ ਦੇ ਲਈ ਆਪ ਸੰਗਤ ਦੇ ਸਨਮੁੱਖ ਹੋਏ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਪੰਜਵੇਂ ਗੁਰੂ ਨਾਨਕ ਹੋ ਕੇ ਇਸ ਘਰ ਦੀ ਜਿਹੜੀ ਸੇਵਾ ਸੰਭਾਲ ਰਹੇ ਹੈ। ਸਤਿਗੁਰਾਂ ਨੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਰਚਨਾ ਕੀਤੀ। ਇੱਕ ਸਿੱਖ ਜਿਸ ਦਾ ਨਾਮ ਹੈ ਭਾਈ ਗੁਰਮੁਖ, ਕਈ ਇਤਿਹਾਸਕਾਰਾਂ ਨੇ ਇਹਨੂੰ ਭਾਈ ਕਿਦਾਰਾ ਵੀ ਕਿਹਾ, ਇਹ ਮਹਾਰਾਜ ਦੇ ਕੋਲ ਚਲਿਆ ਗਿਆ ਸਤਿਗੁਰਾਂ ਨੂੰ ਜਾ ਕੇ। ਕਹਿੰਦਾ ਮਹਾਰਾਜ ਮੇਰਾ ਇੱਕ ਸਵਾਲ ਹੈ ਤੁਹਾਡੇ ਤਾਈਂ। ਮਹਾਰਾਜ ਨੇ ਆਖਿਆ ਭਾਈ ਦੱਸੋ। ਕਹਿੰਦਾ ਜੀ ਸਵਾਲ ਇਹ ਹੈ, ਜਿਹੜੀ ਤੁਸੀਂ ਸੁਖਮਨੀ ਸਾਹਿਬ ਜੀ ਦੇ ਵਿੱਚ ਇੱਕ ਅਸ਼ਟਪਦੀ ਲਿਖ ਕੇ ਇੱਕ ਪੂਰੀ ਪੌੜੀ ਲਿਖੀ ਹੈ ਵੀ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੂ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਫਿਰ ਕਿਹਾ ਕਹਿੰਦੇ ਜੋ ਵਰਤਾਏ ਸਾਈਂ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਮਹਾਰਾਜ ਤੁਸੀਂ ਏਡੀ ਵੱਡੀ ਗੱਲ ਲਿਖ ਦਿੱਤੀ ਹੈ ਆਪਣੀ ਇਸ ਬਾਵਨ ਬਾਣੀ ਦੇ ਵਿੱਚ। ਮਨ ਜਿਹੜਾ ਭਰਮ ਦੇ ਵਿੱਚ ਚੱਲ ਗਿਆ ਸੀ, ਸ਼ੰਕੇ ਦੇ ਵਿੱਚ ਚਲਿਆ ਗਿਆ ਸੀ। ਹੁਣ ਉਤਲੀਆਂ ਜਿਹੜੀਆਂ ਪੰਕਤੀਆਂ ਨੇ, ਅਰਥ ਬੜੇ ਸੌਖੇ ਨੇ, ਆਪ ਸਾਰੀਆਂ ਸੰਗਤਾਂ ਦੇ ਸਮਝ ਆ ਗਏ ਹੋਣਗੇ ਵੀ ਜਿਹੜਾ ਦੁੱਖ ਅਤੇ ਸੁੱਖ ਨੂੰ ਇੱਕ ਕਰਕੇ ਮੰਨੇ, ਪ੍ਰਭ ਕੀ ਆਗਿਆ ਆਤਮ ਹਿਤਾਵੇ, ਆਪਣੇ ਅੰਦਰ ਧਾਰ ਲਵੇ, ਕਹਿੰਦੇ ਉਹ ਪੁਰਖ ਹੈ ਜਿਹੜਾ ਉਹ ਜੀਵਨ ਮੁਕਤ ਹੋ ਗਿਆ। ਕਿਹੜਾ? ਕਹਿੰਦੇ ਤੈਸਾ ਹਰਖ, ਉਹਨੂੰ ਖੁਸ਼ੀ ਵੀ ਇੱਕੋ ਬਰਾਬਰ ਹੋਵੇ, ਤੈਸਾ ਉਸ ਸੋਗ, ਉਹਨੂੰ ਦੁੱਖ ਵੀ ਇੱਕੋ ਬਰਾਬਰ ਹੋਵੇ, ਸਦਾ ਆਨੰਦ ਤਾਂ ਨਹੀਂ ਬਯੋਗ, ਉਹ ਸਦਾ ਖੇੜੇ ਦੇ ਵਿੱਚ ਰਹੇ, ਉਹਨੂੰ ਸੋਨਾ ਵੀ ਇੱਕੋ ਬਰਾਬਰ, ਉਹਨੂੰ ਮਿੱਟੀ ਵੀ ਇੱਕੋ ਬਰਾਬਰ, ਤੈਸਾ ਸਵਰਨ ਤੈਸੀ ਉਸ ਮਾਟੀ,
ਉਹਨੂੰ ਜ਼ਹਿਰ ਵੀ ਇੱਕੋ ਬਰਾਬਰ ਅਤੇ ਉਹਨੂੰ ਅੰਮ੍ਰਿਤ ਵੀ ਇੱਕੋ ਹੀ ਬਰਾਬਰ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਉਹਨੂੰ ਮਾਣ ਵੀ ਉਹੋ ਜਿਹਾ ਅਤੇ ਉਹਨੂੰ ਅਭਿਮਾਨ ਵੀ ਉਹੋ ਜਿਹਾ। ਜੇ ਕੋਈ ਉਹਦੀ ਸਿਫਤ ਸਲਾਹ ਕਰ ਦੇਵੇ ਤਾਂ ਵੀ ਕਹਿੰਦਾ ਗੁਰੂ ਦਾ ਸ਼ੁਕਰ ਹੈ, ਅਤੇ ਜੇ ਕੋਈ ਉਹਨੂੰ ਮਾੜਾ ਕਹਿ ਦੇਵੇ ਤਾਂ ਵੀ ਕਹਿੰਦਾ ਇਹ ਪਰਮੇਸ਼ਰ ਦਾ ਕੋਈ ਭਾਣਾ। ਤੈਸਾ ਮਾਨ ਤੈਸਾ ਅਭਿਮਾਨ, ਕਹਿੰਦੇ ਤੈਸਾ ਰੰਕ ਤੈਸਾ ਰਾਜਾਨ, ਉਹਨੂੰ ਰਾਜਾ ਵੀ ਇੱਕੋ ਹੀ ਬਰਾਬਰ ਅਤੇ ਉਹਨੂੰ ਭਿਖਾਰੀ ਵੀ ਇੱਕੋ ਹੀ ਬਰਾਬਰ। ਫਿਰ ਕੀ ਕਿਹਾ? ਕਹਿੰਦੇ ਜੋ ਵਰਤਾਏ ਸਾਈਂ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਮਹਾਰਾਜ ਜਿਹੜਾ ਐਡਾ, ਜਿਹਨੂੰ ਲੋਕ ਜਿਹਦੇ ਉੱਤੇ ਐਡਾ ਭਾਣਾ ਵਾਪਰ ਜਾਵੇ, ਲੋਕ ਉਹਨੂੰ ਮਾੜਾ ਵੀ ਕਹਿਣ ਕੋਈ ਚੰਗਾ ਵੀ ਕਵੇ, ਕੀ ਕੋਈ ਐਸਾ ਤੁਹਾਡਾ ਗੁਰੂ ਕਾ ਸਿੱਖ ਐਸਾ ਹੈ ਜਿਹੜਾ ਇਸ ਪਾਵਨ ਬਾਣੀ ਦੇ ਉੱਤੇ ਜਿਉਂ ਰਿਹਾ ਅੱਜ, ਜਿਹੜਾ ਇਸ ਪਾਵਨ ਬਾਣੀ ਦੇ ਉੱਤੇ ਆਪਣਾ ਜੀਵਨ ਢਾਲ ਕੇ ਬੈਠਾ, ਕੋਈ ਐਸਾ ਵੀ ਤੁਹਾਡਾ ਗੁਰਸਿੱਖ ਹੈ ਕਿ ਤੁਸੀਂ ਐਵੇਂ ਲਿਖਤੀ ਹੈ? ਮਹਾਰਾਜ ਨੇ ਆਖਿਆ, ਨਹੀਂ ਭਾਈ, ਐਵੇਂ ਨਹੀਂ ਜੇ ਲਿਖੀ। ਕਿਉਂਕਿ ਸਾਧ ਸੰਗਤ ਜੀ, ਆਪਾਂ ਸਤਿਗੁਰਾਂ ਦਾ ਇਤਿਹਾਸ ਪਹਿਲਾਂ ਵੀ ਸਰਵਣ ਕਰਕੇ ਹਟੇ ਹਾਂ। ਮਹਾਰਾਜ ਨੇ ਸੁਖਮਨੀ ਸਾਹਿਬ ਦੀ ਜਿਹੜੀ ਪਾਵਨ ਬਾਣੀ ਉਹ ਆਪਦੇ ਪਿੰਡੇ ਦੇ ਉੱਤੇ ਹੰਢਾਈ ਹੈ। ਪਿੰਡੇ ਦੇ ਉੱਤੇ ਹੰਢਾ ਕੇ ਉਹਨਾਂ ਨੇ ਬ੍ਰਹਮ ਗਿਆਨੀ ਦੇ ਅਰਥ ਦੱਸੇ ਵੀ ਬ੍ਰਹਮ ਗਿਆਨੀ ਹੁੰਦਾ ਕੀ ਹੈ। ਤੱਤੀ ਤਵੀ ਦੇ ਉੱਤੇ ਬਹਿ ਕੇ ਆਪਾਂ ਵਾਰ ਵਾਰ ਜਥਿਆ ਪਾਸੋਂ ਇਸ ਇਤਿਹਾਸ ਦਾ ਜ਼ਿਕਰ, ਤੱਤੀ ਤਵੀ ਦੀ ਜਿਹੜੀ ਵਾਰਤਾ ਉਹ ਸਰਵਣ ਕਰ ਰਹੇ ਹਾਂ। ਕੋਈ ਐਸਾ ਸਿੱਖ ਤੁਹਾਡਾ ਹੋਵੇ? ਮਹਾਰਾਜ ਨੇ ਆਖਿਆ, ਭਾਈ ਕਦਾਰਿਆ, ਭਾਈ ਗੁਰਮੁਖਾ, ਬੜੇ ਸਿੱਖ ਨੇ ਇਹੋ ਜਿਹੇ ਬੜੇ, ਪਰ ਮੈਂ ਤੁਹਾਨੂੰ ਇੱਕ ਐਸੇ ਸਿੱਖ ਦੇ ਕੋਲ ਭੇਜਣ ਲੱਗਿਆ ਜਿਹਦੇ ਕੋਲ ਜਾ ਕੇ ਭਾਣਾ ਵੀ ਫਿੱਕਾ ਪੈ ਜਾਏਗਾ। ਲੋਕ ਕਹਿੰਦੇ ਆ ਨਾ ਵੀ ਐਡਾ ਭਾਣਾ ਜਿਹਦੇ ਉੱਤੇ ਵਾਪਰ ਜਾਵੇ ਉਹ ਸਾਈਂ ਜੁਗਤ ਨਹੀਂ ਵਰਤਾ ਸਕਦਾ। ਭਾਵ ਕੀ? ਕਿਸੇ ਦੇ ਉੱਤੇ ਬਹੁਤਾ ਦੁੱਖ ਆ ਜਾਵੇ। ਅੱਜ ਸਾਧ ਸੰਗਤ ਜੀ, ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਅਸੀਂ ਗੁਰਮੁਖ ਦੇ ਮਾਰਗ ਦੇ ਉੱਤੇ ਚੱਲ ਰਹੇ ਹਾਂ, ਕੋਈ ਮਾੜਾ ਮੋਟਾ ਸਾਡਾ ਨਫਾ ਨੁਕਸਾਨ ਹੋ ਜਾਵੇ, ਕੋਈ ਅੰਗ ਪੈਰ ਵਿੰਗਾ ਹੋ ਜਾਵੇ, ਤਾਂ ਬੰਦਾ ਕੀ ਕਹਿੰਦਾ, ਮੈਂ ਸੰਗਤ ਦੇ ਵਿੱਚ ਹੀ ਨਹੀਂ ਆਉਣਾ ਜੀ, ਮੇਰੇ ਕੋਲ ਆਇਆ ਨਹੀਂ ਜੇ ਜਾਂਦਾ। ਕਾਰਨ ਕੀ? ਸਾਡਾ ਮਨ ਆ ਜਿਹੜਾ ਡੋਲ ਜਾਂਦਾ। ਉਹਨੇ ਕਿਹਾ ਵੀ ਐਡਾ ਵੱਡਾ ਭਾਣਾ ਕਿਸੇ ਸਿੱਖ ਦੇ ਉੱਤੇ ਵਾਪਰ ਜਾਵੇ, ਉਸ ਤੋਂ ਬਾਅਦ ਵੀ ਉਹ ਬ੍ਰਹਮ ਦੀ ਵਿਚਾਰ ਸੁਣਾਵੇ, ਜਿਹੜਾ ਉਹਦੀ ਸ਼ਰਨ ਦੇ ਵਿੱਚ ਆਵੇ, ਕੋਈ ਐਸਾ ਤੇਰਾ ਪਾਤਸ਼ਾਹ ਸਿੱਖ ਹੈ ਤਾਂ ਮੈਨੂੰ ਦੱਸ। ਮਹਾਰਾਜ ਕਹਿਣ ਲੱਗੇ, ਭਾਈ ਬੜੇ ਸਿੱਖ ਨੇ, ਪਰ ਤੈਨੂੰ ਮੈਂ ਇੱਕ ਸਿੱਖ ਕੋਲ ਭੇਜਣ ਲੱਗਿਆ ਜਿਸ ਦੇ ਕੋਲ ਜਾ ਕੇ ਭਾਣਾ ਵੀ ਫਿੱਕਾ ਪੈ ਜਾਏਗਾ। ਉਹ ਸਿੱਖ ਕੌਣ ਹੈ? ਸਤਿਗੁਰੂ ਜੀ ਕਹਿੰਦੇ, ਜਾ ਚੱਲਿਆ ਜਾ ਗੁਜਰਾਤ ਦੇ ਵਿੱਚ ਅਤੇ ਉੱਥੇ ਜਾ ਕੇ ਭਾਈ ਭਿਖਾਰੀ ਨੂੰ ਮਿਲ। ਜਦੋਂ ਉੱਥੇ ਜਾ ਕੇ ਭਾਈ ਭਿਖਾਰੀ ਨੂੰ ਮਿਲੇਗਾ, ਤੇਰੇ ਸਾਰੇ ਜਿਹੜੇ ਮਨ ਦੇ ਵਹਿਮ ਸ਼ੰਕੇ ਫੁਰਨੇ ਨੇ ਤੇਰੇ ਦੂਰ ਹੋ ਜਾਣਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਚੱਲ ਕੇ ਆਇਆ, ਭਾਈ ਕਦਾਰਾ, ਭਾਣਾ ਪੁੱਛਦਾ ਵੀ ਮਹਾਰਾਜ ਭਾਣਾ ਕੀ ਹੁੰਦਾ? ਅਤੇ ਸਤਿਗੁਰ ਸੱਚੇ ਪਾਤਸ਼ਾਹ ਭਾਣਾ ਦਿਖਾਉਣ ਦੇ ਲਈ ਅੰਮ੍ਰਿਤਸਰ ਦੀ ਧਰਤੀ ਤੋਂ ਜਿਵੇਂ ਭਾਈ ਕਦਾਰੇ ਨੂੰ ਗੁਜਰਾਤ ਵੱਲ ਭੇਜ ਰਹੇ ਹੈ, ਢਾਡੀ ਜੱਥਾ ਉਹਨਾਂ ਸਧਰਾਂ ਨੂੰ ਆਪ ਸੰਗਤ ਦੇ ਸਨਮੁਖ ਪਿਆਰ ਸਹਿਤ ਇਉਂ ਬਿਨੈ ਕਰ ਰਿਹਾ ਹੈ। ਸਿੱਖ ਗੁਰੂ ਦਾ ਵਿੱਚ ਗੁਜਰਾਤ ਰਹਿੰਦਾ, ਸਿੱਖ ਗੁਰੂ ਦਾ ਵਿੱਚ ਗੁਜਰਾਤ ਰਹਿੰਦਾ, ਸਿੱਖ ਗੁਰੂ ਦਾ ਵਿੱਚ ਗੁਜਰਾਤ ਰਹਿੰਦਾ, ਸਿੱਖ ਗੁਰੂ ਦਾ ਵਿੱਚ ਗੁਜਰਾਤ ਰਹਿੰਦਾ। ਨਾ ਭਿਖਾਰੀ ਤੇ ਉੱਚੀ ਸੀ ਸ਼ਾਨ ਉਹਦੀ, ਨਾ ਭਿਖਾਰੀ ਤੇ ਉੱਚੀ ਸੀ ਸ਼ਾਨ ਉਹਦੀ। ਸਿੱਖ ਗੁਰੂ ਦਾ ਵਿੱਚ ਗੁਜਰਾਤ ਰਹਿੰਦਾ, ਸਿੱਖ ਗੁਰੂ ਦਾ ਵਿੱਚ ਗੁਜਰਾਤ।
ਰਾਤ ਰਹਿੰਦਾ ਨਾ ਬੇਖਾਰੀ ਤੇ ਉੱਚੀ ਸੀ ਸ਼ਾਨ ਉਹਦੀ ਨਾ ਬੇਖਾਰੀ ਤੇ ਉੱਚੀ ਸੀ ਸ਼ਾਨ ਉਹਦੀ ਦੁੱਖ ਸੁੱਖ ਨੂੰ ਇੱਕ ਕਰ ਜਾਣਦਾ ਸੀ ਜਾਣਦਾ ਸੀ ਜਾਣਦਾ ਸੀ ਦੁੱਖ ਸੁੱਖ ਨੂੰ ਇੱਕ ਕਰ ਜਾਣਦਾ ਸੀ ਬਿਰਤੀ ਜੁੜੀ ਸੀ ਵਿੱਚ ਭਗਵਾਨ ਉਹਦੀ ਬਿਰਤੀ ਜੁੜੀ ਸੀ ਵਿੱਚ ਭਗਵਾਨ ਉਹਦੀ ਬਣੀ ਸੀ ਵਿੱਚ ਜਹਾਨ ਉਹਦੀ ਸੋਭਾ ਬਣੀ ਸੀ ਵਿੱਚ ਜਹਾਨ ਉਹਦੀ ਦਸਾਂ ਨੋਹਾਂ ਦੀ ਕਿਰਤ ਕਮਾਉਂਦਾ ਏ ਕਮਾਉਂਦਾ ਏ ਕਮਾਉਂਦਾ ਏ ਦਸਾਂ ਨੋਹਾਂ ਦੀ ਕਿਰਤ ਕਮਾਉਂਦਾ ਏ ਵੰਡ ਛਕਣ ਦੀ ਬਣੀ ਸੀ ਬਾਣ ਉਹਦੀ ਵੰਡ ਛਕਣ ਦੀ ਬਣੀ ਸੀ ਬਾਣ ਉਹਦੀ ਪੰਚਮ ਗੁਰੂ ਨੂੰ ਸਿੱਖ ਇੱਕ ਕਹਿਣ ਲੱਗਾ ਪੰਚਮ ਗੁਰੂ ਨੂੰ ਸਿੱਖ ਇੱਕ ਕਹਿਣ ਲੱਗਾ ਐਸੇ ਸਿੱਖ ਦਾ ਦਰਸ਼ਨ ਮੈਂ ਪਾਵਣਾ ਏ ਐਸੇ ਸਿੱਖ ਦਾ ਦਰਸ਼ਨ ਮੈਂ ਪਾਵਣਾ ਏ ਰਹਿੰਦਾ ਸਦ ਹੀ ਰੱਬ ਦੇ ਪਾਣੀ ਚ ਜੋ ਪਾਣੀ ਚ ਜੋ ਪਾਣੀ ਚ ਜੋ ਰਹਿੰਦਾ ਸਦਾ ਹੀ ਰੱਬ ਦੇ ਪਾਣੀ ਚ ਜੋ ਐਸੇ ਸਿੱਖ ਨੂੰ ਸੀਸ ਨਿਵਾਵਣਾ ਏ ਐਸੇ ਸਿੱਖ ਨੂੰ ਸੀਸ ਨਿਵਾਵਣਾ ਏ ਅਰਜਨ ਦੇਵ ਗੁਰੂ ਜੀ ਕਹਿਣ ਲੱਗੇ ਅਰਜਨ ਦੇਵ ਗੁਰੂ ਜੀ ਕਹਿਣ ਲੱਗੇ ਦੜ ਵੱਟੀ ਨਾ ਜਿੱਥੇ ਹੁਣ ਜਾਵਣਾ ਏ ਦੜ ਵੱਟੀ ਨਾ ਜਿੱਥੇ ਹੁਣ ਜਾਵਣਾ ਏ ਜਾਗ ਵਿੱਚ ਤੂੰ ਰਾਤ ਗੁਜਰਾਤ ਕੱਟੀ ਗੁਜਰਾਤ ਕੱਟੀ ਗੁਜਰਾਤ ਕੱਟੀ ਜਾਗ ਵਿੱਚ ਤੂੰ ਰਾਤ ਗੁਜਰਾਤ ਕੱਟੀ ਸਿੱਖਾ ਪੂਰੀ ਹੋ ਤੇਰੀ ਇਹ ਭਾਵਨਾ ਏ ਸਿੱਖਾ ਪੂਰੀ ਹੋ ਤੇਰੀ ਇਹ ਭਾਵਨਾ ਏ ਸਿੱਖ ਨੇ
ਪਾਏ ਚਾਲੇ, ਲੈ ਕੇ ਆਗਿਆ ਸਿੱਖ ਨੇ ਪਾਏ ਚਾਲੇ, ਘਰ ਪੁੱਛ ਪਛਾਏ ਕੇ ਜਾਮਦਾਏ, ਘਰ ਪੁੱਛ ਪਛਾਏ ਕੇ ਜਾਮਦਾਏ, ਵਜੇ ਢੋਲ ਕੀ ਘੋੜੀਆਂ ਗਾਉਣ ਕੁੜੀਆਂ, ਗਾਉਣ ਕੁੜੀਆਂ, ਗਾਉਣ ਕੁੜੀਆਂ, ਵਜੇ ਢੋਲ ਕੀ ਘੋੜੀਆਂ ਗਾਉਣ ਕੁੜੀਆਂ, ਸਿੱਖ ਦੇਖਿਆ ਤੱਪੜ ਬਣਾਉਂਦਾਏ, ਸਿੱਖ ਦੇਖਿਆ ਤੱਪੜ ਬਣਾਉਂਦਾਏ, ਸਿੱਖ ਦੇਖਿਆ ਤੱਪੜ ਬਣਾਉਂਦਾਏ। ਮਹਾਰਾਜ ਨੂੰ ਆ ਕੇ ਕਹਿੰਦਾ, ਸਤਿਗੁਰੂ ਜੀ ਕੇਵਲ ਤੁਸੀਂ ਨਹੀਂ ਲਿਖਿਆ, ਤੁਹਾਡੇ ਸਿੱਖ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਆਪਣੀ ਰਚਨਾ ਦੇ ਵਿੱਚ। ਉਹ ਸਿੱਖ ਕੌਣ ਸੀ? ਭਾਈ ਗੁਰਦਾਸ ਜੀ। ਉਹਨਾਂ ਨੇ ਆਖਿਆ ਇਕੱਲਾ ਤੁਸੀਂ ਸੁਖਮਨੀ ਸਾਹਿਬ ਜੀ ਦੇ ਵਿੱਚ ਨਹੀਂ ਲਿਖਿਆ, ਉਹਨਾਂ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਲਿਖਤਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣ। ਸੇਵਕ ਐਸਾ ਹੋਣਾ ਚਾਹੀਦਾ, ਨਾ ਹਾਸਾ, ਨਾ ਗਮੀ, ਨਾ ਖੁਸ਼ੀ, ਇੱਕੋ ਸੁਭਾਅ ਉਹਦਾ ਬਣਿਆ ਰਹੇ। ਮਹਾਰਾਜ ਨੇ ਆਖਿਆ ਭਾਈ ਗੁਜਰਾਤ ਚੱਲਿਆ ਜਾ। ਸਤਿਗੁਰਾਂ ਦੀ ਆਗਿਆ ਪਾ ਕੇ ਗੁਰੂ ਕਾ ਸਿੱਖ ਸੀ ਜਿਹੜਾ, ਉਹ ਗੁਜਰਾਤ ਪਹੁੰਚ ਗਿਆ। ਪੁੱਛਦਾ ਪੁਛਾਉਂਦਾ ਭਾਈ ਭਿਖਾਰੀ ਦੇ ਘਰ ਚਲਿਆ ਗਿਆ। ਉੱਥੇ ਜਾ ਕੇ ਕੀ ਵੇਖਦਾ? ਭਾਈ ਭਿਖਾਰੀ ਦੇ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਵਿਆਹ ਦਾ ਵੇਲਾ। ਭਾਈ ਭਿਖਾਰੀ ਦੇ ਮੁੰਡੇ ਦਾ ਵਿਆਹ ਹੋਣ ਵਾਲਾ, ਅਗਲੇ ਦਿਨ ਜਿਹੜੀ ਆ ਉਹ ਜੰਝ ਚੜ੍ਹਨੀ ਹੈ। ਅੱਜ ਪਹੁੰਚ ਗਿਆ, ਕੱਲ੍ਹ ਨੂੰ ਜੰਝ ਚੜ੍ਹਨੀ ਹੋਵੇ। ਸ਼ਾਮਾਂ ਦੇ ਵੇਲੇ ਇਤਿਹਾਸ ਦੇ ਪੰਨੇ ਕਹਿੰਦੇ ਆ, ਜਿਹੜਾ ਗੁਰੂ ਕਾ ਸਿੱਖ ਭਾਈ ਕਦਾਰਾ ਭਾਈ ਗੁਰਮੁਖ ਪਹੁੰਚਿਆ, ਵਿਆਹ ਦਾ ਵੇਲਾ ਹੋਣ ਕਰਕੇ ਸਾਰੇ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਘਰ ਦੇ ਵਿੱਚ ਪਹੁੰਚ ਗਿਆ, ਜਾ ਕੇ ਪੁੱਛਿਆ ਵੀ ਭਾਈ ਭਿਖਾਰੀ ਦਾ ਘਰ ਇਹੀ ਹੈ ਜੀ? ਉਹਨਾਂ ਨੇ ਕਿਹਾ ਹਾਂ ਭਾਈ ਇਹੀ ਹੈ। ਕਹਿੰਦੇ ਜੀ ਮੈਂ ਉਹਨਾਂ ਨੂੰ ਮਿਲਣਾ ਹੈ। ਕਹਿਣ ਲੱਗੇ ਉਹ ਜਿਹੜਾ ਘਰ ਤੋਂ ਪਰਲੇ ਪਾਸੇ ਇੱਕ ਕਮਰਾ ਹੈ ਨਾ ਨਾਲ ਹੀ, ਉਹਦੇ ਵਿੱਚ ਨੇ, ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਲਓ। ਇੱਥੋਂ ਹੀ ਮਨ ਦੇ ਵਿੱਚ ਸ਼ੰਕ ਚੱਲਣੇ ਸ਼ੁਰੂ ਹੋ ਗਏ ਵੀ ਵਿਆਹ ਵਾਲਾ ਘਰ ਹੈ, ਸਾਰੇ ਰਿਸ਼ਤੇਦਾਰ ਸਗੇ ਸੰਬੰਧੀ ਇੱਧਰ ਨੇ, ਅਤੇ ਉਹ ਸਾਰਾ ਘਰ ਛੱਡ ਕੇ ਜਿਹੜਾ ਪਿਛਲੇ ਪਾਸੇ ਕਮਰਾ ਉਹਦੇ ਵਿੱਚ ਜਾ ਕੇ ਬੈਠਾ। ਵੀ ਇਹੋ ਜਿਹਾ ਕਿਹੜਾ ਸਿੱਖ ਹੋਏਗਾ ਜਿਹੜਾ ਪ੍ਰਭ ਕੀ ਆ ਗਿਆ ਆਤਮ ਹਿਤਾਵੇ ਵਾਲਾ, ਵੇਖਾ ਤਾਂ ਸਹੀ ਜਾ ਕੇ ਚਲਿਆ ਗਿਆ। ਭਾਈ ਭਿਖਾਰੀ ਦੇ ਜਾ ਕੇ ਦਰਸ਼ਨ ਕੀਤੇ, ਭਾਈ ਭਿਖਾਰੀ ਨੇ ਉਹਦੇ ਦਰਸ਼ਨ ਕੀਤੇ। ਭਾਈ ਭਿਖਾਰੀ ਜੀ ਨੇ ਕਿਹਾ ਭਾਈ ਸਾਹਿਬ ਜੀ ਤੁਸੀਂ ਚੱਲ ਕੇ ਕਿੱਥੋਂ ਆਏ ਹੋ? ਉਹਨੇ ਆਖਿਆ ਜੀ ਮੈਂ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹਾਂ ਅਤੇ ਮੈਂ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਆਇਆ, ਮਹਾਰਾਜ ਨੇ ਮੈਨੂੰ ਤੁਹਾਡੇ ਕੋਲ ਭੇਜਿਆ। ਬਸ ਇੰਨੀ ਕਹਿਣ ਦੀ ਲੋੜ ਸੀ। ਉਹਦੇ ਚਰਨਾਂ ਦੇ ਉੱਤੇ ਆਪਣੇ ਹੱਥ ਲਾਏ, ਹੱਥ ਲਾ ਕੇ ਆਪਣੇ ਸਿਰ ਨੂੰ ਰੱਖੇ ਅਤੇ ਆਖਿਆ ਧੰਨ ਭਾਗ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਜੀ ਨੇ ਆਪਣਾ ਰੂਪ ਜਾਣ ਕੇ ਮੇਰੇ ਕੋਲ ਕੋਈ ਸਿੱਖ ਭੇਜਿਆ ਹੈ। ਮੈਂ ਬਹੁੜਨਾ ਤ੍ਰਿਸ਼ਨਾ ਭੁੱਖੜੀ ਹੋਂ ਰੱਜਾ ਤ੍ਰਿਪਤ ਅਗਾਏ ਜੀਓ, ਜੋ ਦੇਖਾਂ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਚਰਨੀ ਢਹਿ ਪਿਆ, ਬੜਾ ਸਤਿਕਾਰ ਕੀਤਾ, ਬਿਠਾਇਆ, ਜਲ ਪਾਣੀ ਛਕਾਇਆ। ਉਸ ਤੋਂ ਬਾਅਦ ਕਹਿਣ ਲੱਗਾ ਆਹ ਭਾਈ ਕਦਾਰਿਆ ਸਿੱਖਾ ਤੈਨੂੰ ਮੈਂ ਜਰਾ ਵਿਆਹ ਦੀ ਰੌਣਕ ਵਿਖਾ ਦਿਆਂ। ਉਹਨੇ ਆਖਿਆ ਚਲੋ ਭਾਈ ਸਾਹਿਬ ਦਿਖਾਓ। ਵਿਹੜੇ ਦੇ ਵਿੱਚ ਲੈ ਗਿਆ, ਦਿਖਾਉਣ ਲੱਗਿਆ ਗਿਆ ਆਹ ਵਿਆਹ ਵਾਸਤੇ ਅਸੀਂ ਕੱਪੜੇ ਬਣਾਏ ਨੇ। ਉਹਨੇ ਆਖਿਆ ਜੀ ਬੜੇ ਸੋਹਣੇ ਹੈ, ਆਹ ਕੁਝ ਗਹਿਣੇ ਬਣਾਏ ਨੇ। ਉਹਨੇ ਆਖਿਆ ਵੀ ਬੜੇ ਸੋਹਣੇ ਹੈ। ਫਿਰ ਉਹਨੇ ਕਿਹਾ ਆਹ ਜਿਹੜੀਆਂ ਸ਼ਕਨ ਛਕਾਉਣ ਵਾਸਤੇ ਰਸਤਾ ਬਣਾਈਆਂ ਨੇ, ਆਹ ਰਿਸ਼ਤੇਦਾਰ ਕੁਝ ਸਮਾਨ ਲੈ ਕੇ ਆਏ ਹੈ, ਆਹ ਅਸੀਂ ਮੁੰਡੇ ਵਾਸਤੇ ਆਪ ਖਰੀਦਿਆ, ਕੁਝ ਨਾ ਕੁਝ ਕੁੜੀ ਵਾਲਿਆਂ ਨੇ ਵੀ ਭੇਜਿਆ। ਭਾਵ ਤੋਂ ਭਾਵ ਸਾਰਾ ਜਿਹੜਾ ਉਹਨੇ ਜਿਹੜਾ ਉਹ ਮਾਹੌਲ ਦਾ ਹਾਲ ਸੀ ਸਾਰਾ ਵਿਖਾ ਦਿੱਤਾ ਖੁਸ਼ੀ ਵਾਲਾ। ਉਸ ਤੋਂ ਬਾਅਦ ਇੱਕ ਕਮਰੇ ਦੇ ਵਿੱਚ ਲੈ ਗਿਆ, ਕਹਿਣ ਲੱਗਿਆ ਆ ਹੁਣ ਆਪਾਂ ਦੋਵੇਂ ਕਮਰੇ ਦੇ ਵਿੱਚ ਚੱਲੀਏ। ਉੱਥੇ ਜਦੋਂ ਉੱਥੇ ਚੱਲਿਆ, ਉਹਨੂੰ ਕਹਿਣ ਲੱਗਾ ਉੱਥੇ ਬਹਿ ਜਾ ਕੇ। ਬੈਠ ਗਿਆ, ਆਪ ਉਹਨੇ ਇੱਕ ਸੂਏ ਦੇ ਵਿੱਚ ਸੇਬਾ ਪਾਇਆ, ਸੇਬਾ ਪਾ ਕੇ ਇੱਕ ਤੱਪੜ ਜਿਹੜਾ ਪਾਟਿਆ ਹੋਇਆ ਸੀ ਉਹਨੂੰ ਸਿਉਣਾ ਸ਼ੁਰੂ ਕਰ ਦਿੱਤਾ।
ਉਹਨੇ ਆਖਿਆ ਭਾਈ ਸਾਹਿਬ ਜੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਨੇ, ਚਹਿਲ ਪਹਿਲ ਹੋ ਰਹੀ ਹੈ, ਤੁਸੀਂ ਸਾਰਾ ਕੁਝ ਛੱਡ ਛੁਡਾ ਕੇ ਇੱਥੇ ਤੱਪੜ ਸੀ ਰਹੇ ਹੋ ਬੈਠੇ, ਵੀ ਤੁਹਾਡੀ ਇਹਦੇ ਵਿੱਚ ਰਜਾ ਕੀ, ਤੁਸੀਂ ਤੱਪੜ ਕਿਉਂ ਸਿਉਂ ਰਹੇ ਹੋ? ਭਾਈ ਭਿਖਾਰੀ ਨੇ ਆਖਿਆ ਵੀ ਭਾਈ ਕਿਦਾਰਿਆ, ਸਿੱਖਾ ਜਦੋਂ ਸਮਾਂ ਆਵੇਗਾ ਨਾ ਤੂੰ ਸਮਝ ਜਾਵੇਂਗਾ, ਉਦੋਂ ਅਜੇ ਵੇਲਾ ਨਹੀਂ ਤੈਨੂੰ ਦੱਸਣ ਦਾ, ਤੂੰ ਜਲ ਪਾਣੀ ਛੱਕ, ਤੂੰ ਸਭ ਕੁਝ ਵੇਖ ਲਿਆ, ਅਜੇ ਵੇਲਾ ਨਹੀਂ ਤੈਨੂੰ ਦੱਸਾਂਗੇ ਜਦੋਂ ਸਮਾਂ ਆਵੇਗਾ। ਬਹਿ ਗਿਆ ਚੁੱਪ ਕਰਕੇ, ਘੁੰਮਦੀ ਘੁਮਾਉਂਦੀ ਨਿਗਾਹ ਘਰ ਦੇ ਵਿੱਚ ਇੱਕ ਲੰਮੇ ਸਾਰੇ ਫੱਟੇ ਉੱਤੇ ਪੈ ਗਈ। ਵੇਖ ਕੇ ਹੈਰਾਨ ਹੋ ਗਿਆ, ਕਹਿਣ ਲੱਗਾ ਮ੍ਰਿਤਕਾਂ ਦਾ ਫੱਟਾ ਇਸ ਘਰ ਦੇ ਵਿੱਚ ਪਿਆ? ਉਹਨੇ ਆਖਿਆ ਭਾਈ ਭਿਖਾਰੀ ਜੀ ਘਰ ਦੇ ਵਿੱਚ ਖੁਸ਼ੀਆਂ ਨੇ, ਤੁਸੀਂ ਮੌਤ ਵਾਲਾ ਫੱਟਾ ਲੈ ਕੇ ਇੱਥੇ ਬੈਠੇ ਜੇ, ਇਹਦਾ ਤੁਸੀਂ ਕੀ ਕਰਨਾ ਜੀ? ਉਹਨੇ ਆਖਿਆ ਗੁਰਸਿੱਖਾ ਤੂੰ ਚੱਲ ਕੇ ਆਇਆ, ਮੈਨੂੰ ਪਤਾ ਤੂੰ ਇੱਥੇ ਕੀ ਲੈਣ ਵਾਸਤੇ ਆਇਆ। ਉਹਨੇ ਆਖਿਆ ਤੂੰ ਭਾਣੇ ਦੀ ਗੱਲ ਸੁਣਨ ਵਾਸਤੇ ਆਇਆ, ਭਾਣਾ ਅਸਲ ਦੇ ਵਿੱਚ ਕੀ ਹੁੰਦਾ? ਸੁਖਣੀ ਸਾਹਿਬ ਜੀ ਦੀ ਉਹ ਅਸ਼ਟਪਦੀ ਨੂੰ ਸਮਝਣ ਵਾਸਤੇ ਤੂੰ ਗੁਜਰਾਤ ਚੱਲ ਕੇ ਵਾਸਤੇ ਆਇਆ, ਇੱਥੇ ਸ਼ਾਂਤ ਅਤੇ ਇਕਾਗਰ ਹੋ ਕੇ ਬੈਠਾ ਰਿਹਾ, ਸਤਿਗੁਰੂ ਤੈਨੂੰ ਭਾਣਾ ਅਤੇ ਕਲਾ ਵਰਤਾ ਕੇ ਵਿਖਾਵੇਗਾ ਅਸਲ ਦੇ ਵਿੱਚ ਭਾਣਾ ਹੁੰਦਾ ਕੀ ਹੈ। ਸਮਾਂ ਲੰਘਿਆ, ਸਤਿਸੰਗਤ ਜੀ ਸਮਾਂ ਅੱਗੇ ਲੰਘਦਾ ਗਿਆ, ਸਵੇਰਾ ਦਾ ਦਿਨ ਚੜ੍ਹ ਗਿਆ। ਉਹਨੇ ਭਾਈ ਕਦਾਰਿਆ ਸਿੱਖ ਨੂੰ ਆਖਿਆ ਉੱਠ ਭਾਈ ਕਦਾਰਿਆ ਸਿੱਖਾ, ਇਸ਼ਨਾਨ ਕਰ, ਸੋਹਣੇ ਕੱਪੜੇ ਪਾ, ਅੱਜ ਪੁੱਤ ਦਾ ਵਿਆਹ ਆ, ਆਪਾਂ ਦੋਵੇਂ ਜਾਣੇ ਜੰਝ ਜਾਵਾਂਗੇ। ਉਹ ਵੀ ਤਿਆਰ ਹੋ ਗਿਆ, ਉਹਨੇ ਆਖਿਆ ਚਲੋ ਜੰਝ ਜਾਣ ਦਾ ਮੌਕਾ ਮਿਲ ਗਿਆ, ਚਲਿਆ ਗਿਆ। ਵਿਆਹ ਵੇਖਿਆ, ਆਨੰਦ ਕਾਰਜ ਲੈ ਕੇ ਉਸ ਧੀ ਧਿਆਣੀ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਜਿਹੜਾ ਸਾਰਾ ਪਰਿਵਾਰ ਸੀ ਉਹ ਵਾਪਸ ਆ ਗਿਆ। ਰਾਤ ਪੈ ਗਈ, ਸਾਰਾ ਜਿਹੜਾ ਪਰਿਵਾਰ ਸੀ ਆਪੋ ਆਪਣੇ ਆਸਣਾਂ ਦੇ ਉੱਤੇ ਜਾ ਕੇ ਸੌ ਗਿਆ। ਅੱਧੀ ਕੁ ਰਾਤ ਦਾ ਜਿਹੜਾ ਸਮਾਂ ਲੰਘਿਆ, ਤਕਰੀਬਨ ਇਤਿਹਾਸ ਦੇ ਪੰਨੇ ਜਿਹੜੇ ਜ਼ਿਕਰ ਕਰਦੇ ਆ 2 ਤੋਂ 3 ਵਜੇ ਦਾ ਸਮਾਂ ਹੋ ਗਿਆ, ਭਾਵ ਅੱਧੀ ਰਾਤ ਲੰਘ ਕੇ ਅਗਲਾ ਪਹਿਰ ਹੈ ਜਿਹੜਾ ਉਹ ਸ਼ੁਰੂ ਹੋ ਗਿਆ। ਹੋਇਆ ਕੀ, ਘਰ ਦੇ ਵਿੱਚ ਇੱਕੇਦਮ ਕਰਲਾਟਾ ਪੈ ਗਿਆ, ਸ਼ੋਰ ਮੱਚ ਗਿਆ, ਬੜਾ ਰੌਲਾ ਪੈ ਗਿਆ ਘਰ ਦੇ ਵਿੱਚ। ਸਾਰੇ ਭੱਜੋ ਭਜਾ ਕੇ ਉੱਠੇ, ਭਾਈ ਕਦਾਰਾ ਸਿੱਖ ਵੀ ਉੱਠ ਖੜਿਆ। ਉਹਨੇ ਭਾਈ ਭਿਖਾਰੀ ਜੀ ਨੂੰ ਆਖਿਆ ਵੀ ਇਹ ਭਾਣਾ ਕੀ ਵਾਪਰ ਗਿਆ, ਇੰਨਾ ਰੌਲਾ ਘਰ ਦੇ ਵਿੱਚ ਕਿਉਂ? ਉਹਨੇ ਆਖਿਆ ਆ ਆਪਾਂ ਦੋਵੇਂ ਚੱਲ ਕੇ ਵੇਖ ਲੈਂਦੇ ਹਾਂ, ਇਕੱਲਿਆਂ ਤਾਂ ਮੈਨੂੰ ਵੀ ਪਤਾ ਨਹੀਂ ਜੀ ਲੱਗਣਾ, ਤੂੰ ਮੇਰੇ ਨਾਲ ਹੀ ਆ। ਚਲਿਆ ਗਿਆ ਨਾਲ, ਵੇਖਿਆ ਕਿ ਜਿਹੜਾ ਪੁੱਤ ਵਿਆਹ ਕੇ ਲੈ ਕੇ ਆਏ ਆ ਕੱਲ੍ਹ ਹੀ, ਅਜੇ ਉਹਨੇ ਇੱਕੋ ਰਾਤ ਘਰ ਦੇ ਵਿੱਚ ਕੱਢੀ ਆ, ਕੁਝ ਪਹਿਰ ਹੀ ਕੱਢਿਆ, ਉਸ ਪੁੱਤ ਦੀ ਘਰ ਦੇ ਵਿੱਚ ਮੌਤ ਹੋ ਗਈ ਹੈ। ਭਾਈ ਭਿਖਾਰੀ ਦਾ ਜਿਹੜਾ ਪੁੱਤ ਮਰ ਗਿਆ ਹੈ, ਅਜੇ ਕੱਲ੍ਹ ਵਿਆਹ ਕੇ ਆਏ ਸੀ, ਇੱਕੋ ਰਾਤ ਘਰ ਦੇ ਵਿੱਚ ਕੱਢੀ ਹੈ, ਰਾਤ ਵੀ ਅਜੇ ਪੂਰੀ ਨਹੀਂ ਹੋਈ, ਦਿਨ ਦਾ ਪਵਹਿਰ ਵਾਲੇ ਫੁੱਟਣ ਵਾਲਾ, ਅਤੇ ਭਾਈ ਭਿਖਾਰੀ ਦਾ ਜਿਹੜਾ ਪੁੱਤ ਸੀ ਉਹ ਮਰ ਗਿਆ, ਚੜ੍ਹਾਈ ਕਰ ਗਿਆ। ਸਾਰਿਆਂ ਨੇ ਵਿਰਾਗ ਕਰਨਾ ਸ਼ੁਰੂ ਕਰ ਦਿੱਤਾ, ਰੋਣਾ ਪਿੱਟਣਾ ਸਭ ਨੇ ਸ਼ੁਰੂ ਕਰ ਦਿੱਤਾ। ਭਾਈ ਭਿਖਾਰੀ ਜੀ ਉਸੇ ਮੌਜ ਦੇ ਵਿੱਚ ਆ, ਜਿਹੜਾ ਖੁਸ਼ੀ ਦੇ ਵਿੱਚ ਹੱਸ ਨਹੀਂ ਸੀ ਰਿਹਾ, ਉਹ ਅੱਜ ਮੌਤ ਦੇ ਸਮੇਂ ਰੋ ਵੀ ਨਹੀਂ ਰਿਹਾ, ਉਹਦਾ ਇੱਕੋ ਸੁਭਾਅ ਬਣਿਆ ਹੋਇਆ। ਉਹ ਚੁੱਪ ਕਰਕੇ ਉਸੇ ਕਮਰੇ ਦੇ ਵਿੱਚ ਗਿਆ, ਉਹਨੇ ਉਹ ਫੱਟਾ ਕੱਢ ਲਿਆਂਦਾ, ਫੱਟਾ ਵਿਹੜੇ ਦੇ ਵਿੱਚ ਆ ਕੇ ਲੰਮਾ ਪਾਇਆ, ਇਹਨੇ ਨੂੰ ਦਿਨ ਚੜ੍ਹ ਗਿਆ ਕਰਦੇ ਕਰਾਉਂਦਿਆਂ ਨੂੰ, ਆਪਣੇ ਪੁੱਤਰ ਦੀ ਜਿਹੜੀ ਲਾਸ਼ ਸੀ ਉਸ ਫੱਟੇ ਦੇ ਉੱਤੇ ਪਾਈ, ਅਤੇ ਕਮਰੇ ਦੇ ਵਿੱਚੋਂ ਜਿਹੜਾ ਸੀਤਾ ਹੋਇਆ ਤੱਪੜ ਸੀ ਉਹਨੂੰ ਕੱਢ ਲਿਆ ਅਤੇ ਲਿਆ ਕੇ ਵਿਹੜੇ ਦੇ ਵਿੱਚ ਵਿਛਾ ਦਿੱਤਾ। ਜਿੰਨੇ ਮਾਈ ਭਾਈ ਰਿਸ਼ਤੇਦਾਰ ਸਨ ਉਸ ਤੱਪੜ ਦੇ ਉੱਤੇ ਆ ਕੇ ਬਹਿ ਗਏ। ਭਾਈ ਕਿਦਾਰਾ ਸਿੱਖ ਸਭ ਕੁਝ ਵੇਖੀ ਜਾ ਰਿਹਾ, ਮਨ ਦੇ ਵਿੱਚ ਹੈਰਾਨੀ ਵੀ ਹੋਈ ਜਾਂਦੀ ਹੈ ਵੀ ਮਾਲਕਾ ਤੇਰਾ ਭਾਣਾ ਕੀ ਹੈ, ਕੁਝ ਸਮਝ ਵੀ ਨਹੀਂ ਆ ਰਿਹਾ, ਖੁਸ਼ੀ ਵਾਲਾ ਕਰਮ ਸੀ ਮਹਾਤਮ ਦੇ ਵਿੱਚ ਬਦਲ ਚੁੱਕਾ ਹੈ। ਚਲੋ ਜੀ, ਸਮਾਂ ਅੱਗੇ ਲੰਘਿਆ, ਵੇਲਾ ਲੰਘਦਿਆ ਗਿਆ, ਰਿਸ਼ਤੇਦਾਰ ਆਉਂਦੇ ਗਏ, ਅਖੀਰ ਦੇ ਉੱਤੇ ਆ ਕੇ ਜਦੋਂ ਸ਼ਾਮਾਂ ਦਾ ਵੇਲਾ ਆਇਆ ਨਾ, ਜਿਹਨੂੰ ਆਪਾਂ ਤੀਸਰਾ ਪੈਰ ਕਹਿ ਦਿੰਦੇ ਹਾਂ, ਅਤੇ ਉਦੋਂ ਉਸ ਭਾਈ ਭਿਖਾਰੀ ਦੇ ਪੁੱਤਰ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ। ਸੰਸਕਾਰ ਕਰਕੇ ਜਦੋਂ ਸਾਰਾ ਪਰਿਵਾਰ ਘਰ ਦੇ ਵਿੱਚ ਆਇਆ, ਭਾਈ ਭਿਖਾਰੀ ਨੂੰ ਸੰਤਾਵਣਾ ਦੇ ਕੇ, ਦਿਲਾਸਾ ਦੇ ਕੇ ਜਿਹੜੇ ਰਿਸ਼ਤੇਦਾਰ ਸਗੇ ਸੰਬੰਧੀ ਸਨ ਆਪੋ ਆਪਣੇ ਘਰਾਂ ਨੂੰ ਵਾਪਸ ਚਾਲੇ ਪਾਉਣ ਲੱਗੇ। ਭਾਈ ਭਿਖਾਰੀ ਨੂੰ ਇਕੱਲਿਆਂ ਵੇਖ ਕੇ ਨਾ,
ਕਿਦਾਰੇ ਸਿੱਖ ਤੋਂ ਰਿਹਾ ਨਹੀਂ ਗਿਆ। ਉਹ ਜਾ ਕੇ ਪੁੱਛਣ ਹੀ ਲੱਗਾ ਸੀ ਕਿ ਭਾਈ ਭਿਖਾਰੀ ਨੇ ਸ਼ਾਮਾਂ ਦਾ ਸਮਾਂ ਜਾਣ ਕੇ ਰਹਿ ਰਹਿ ਸਾਹਿਬ ਦਾ ਜਿਹੜਾ ਪਾਠ ਸੀ ਉਹ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਵੀ ਮਨ ਦੇ ਵਿੱਚ ਫੁਰਨਾ ਜਾ ਗਿਆ ਵੀ ਮਣਾ ਕੱਲ੍ਹ ਵਿਆਹ ਕੇ ਲਿਆਇਆ, ਅੱਜ ਸ਼ਿਸ਼ਕਾਰ ਹੋ ਗਿਆ, ਅਤੇ ਅਜੇ ਵੀ ਮਨ ਦੇ ਵਿੱਚ ਗੁਰੂ ਦੇ ਉੱਤੇ ਐਡੀ ਭਾਵਨਾ ਕਿ ਰਹਿ ਰਹਿ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕੀਤਾ, ਗੁਟਕਾ ਚੱਕ ਲਿਆ ਹੈ। ਪਰ ਗੁਰੂ ਕਾ ਸਿੱਖ ਭਾਣੇ ਵਿੱਚ ਉਸ ਨੂੰ ਅਜੇ ਰਜਾ ਕੋਈ ਜਿਹੜੀ ਉਹ ਸਮਝ ਦੇ ਵਿੱਚ ਨਹੀਂ ਆ ਰਹੀ। ਜਦੋਂ ਪਾਠ ਦੀ ਸਮਾਪਤੀ ਹੋਈ ਨਾ, ਅਤੇ ਉਹ ਕਿਦਾਰੇ ਸਿੱਖ ਨੇ ਆਖਿਆ ਵੀ ਭਾਈ ਭਿਖਾਰੀ ਜੀ, ਤੁਹਾਨੂੰ ਸਭ ਕੁਝ ਪਤਾ ਸੀ, ਤੁਹਾਨੂੰ ਪਤਾ ਸੀ ਨਾ ਸਭ ਕੁਝ ਵੀ ਕੱਲ੍ਹ ਭਾਣਾ ਕੀ ਵਾਪਰਨਾ, ਤਾਂਹੀਓ ਤੁਸੀਂ ਸਮੇਂ ਤੋਂ ਪਹਿਲਾਂ ਤੱਪੜ ਸੀ ਰਹੇ ਸੀ, ਸਮੇਂ ਤੋਂ ਪਹਿਲਾਂ ਤੁਸੀਂ ਫੱਟਾ ਲਿਆ ਕੇ ਘਰ ਦੇ ਵਿੱਚ ਮੌਤ ਵਾਲਾ ਰੱਖ ਛੱਡਿਆ ਸੀ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਤੁਹਾਨੂੰ ਸਾਰਾ ਕੁਝ ਪਤਾ ਹੀ ਸੀ ਤਾਂ ਜਿਹੜੀ ਧੀ ਤੁਸੀਂ ਇਸ ਘਰ ਦੇ ਵਿੱਚ ਲੈ ਕੇ ਆਏ ਹੋ ਉਹਦਾ ਚਿਰਾਗ ਤੁਸੀਂ ਕਿਉਂ ਗੁੱਲ ਕੀਤਾ, ਉਹਨੂੰ ਕਿਉਂ ਤੁਸੀਂ ਜਿਹੜਾ ਹੈ ਇੱਕ ਰੰਡੀ ਕੀਤਾ, ਉਹਨੂੰ ਤੁਸੀਂ ਐਡਾ ਭਾਣਾ ਸਹਿਣ ਵਾਸਤੇ ਕਿਉਂ ਮਜਬੂਰ ਕਰ ਦਿੱਤਾ, ਜਦੋਂ ਸਾਰਾ ਕੁਝ ਤੁਹਾਨੂੰ ਪਤਾ ਸੀ ਤੁਸੀਂ ਉਹ ਤਾਂ ਨਾ ਕਰਦੇ। ਇੰਨੀ ਗੱਲ ਕਹਿ ਦਿੱਤੀ, ਫਿਰ ਪੁੱਛਿਆ ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਸੀ ਤੁਹਾਡੇ ਪੁੱਤ ਨੇ ਚੜ੍ਹਾਈ ਕਰ ਜਾਣਾ, ਅਤੇ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਮਾਲਕ ਦੀ ਐਡੀ ਵੱਡੀ ਕਰਾਮਾਤ, ਐਡੀ ਵੱਡੀ ਰਜ਼ਾ ਤੁਹਾਡੇ ਉੱਤੇ ਪਰਮੇਸ਼ੁਰ ਦੀ ਹੈ, ਤਾਂ ਫਿਰ ਤੁਸੀਂ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਿਉਂ ਨਹੀਂ ਕੀਤੀ ਗਈ? ਅਰਦਾਸ ਤਾਂ ਕਰਨੀ ਸੀ ਨਾ। ਉਹਨੇ ਆਖਿਆ ਭਾਈ ਕਿਦਾਰਿਆ ਸਿੱਖਾ, ਮੈਂ ਅਰਦਾਸ ਕੀਤੀ ਹੈ ਅਤੇ ਮੇਰੀ ਅਰਦਾਸ ਪੂਰੀ ਹੋ ਗਈ ਹੈ। ਹੈਰਾਨ ਹੋ ਗਿਆ, ਕਹਿਣ ਲੱਗਾ ਕਿਹੜੀ ਅਰਦਾਸ ਕੀਤੀ ਹੈ? ਪੁੱਤ ਅਜੇ ਕੱਲ੍ਹ ਵਿਆਹ ਕੇ ਲੈ ਕੇ ਆਇਆ, ਅੱਧੀ ਰਾਤ ਤੋਂ ਬਾਅਦ ਮਰ ਗਿਆ ਏ, ਸੰਸਕਾਰ ਹੋ ਗਿਆ ਅਤੇ ਤੂੰ ਕਹਿਣਾ ਮੇਰੀ ਅਰਦਾਸ ਪੂਰੀ ਹੋ ਗਈ? ਉਹਨੇ ਆਖਿਆ ਜਿੱਦਣ ਇਹ ਮੇਰਾ ਪੁੱਤ ਮੇਰੇ ਘਰ ਦੇ ਵਿੱਚ ਆਇਆ ਸੀ ਨਾ, ਮੈਂ ਉਦਣ ਵੀ ਇਹੀ ਅਰਦਾਸ ਕੀਤੀ ਵੀ ਮਹਾਰਾਜ ਇਹ ਤੇਰਾ ਭੇਜਿਆ ਮੇਰੇ ਘਰ ਦੇ ਵਿੱਚ ਆਇਆ, ਮੇਰਾ ਇਹਦੇ ਨਾਲ ਕੇਵਲ ਅਤੇ ਕੇਵਲ ਇੱਕ ਸਰੀਰ ਕਰਕੇ ਸੰਬੰਧ ਹੈ, ਜਿਹੜੀ ਅੰਦਰਲੀ ਜੋਤ ਵਰਤਦੀ ਹੈ ਉਹਦਾ ਸੰਬੰਧ ਤੇਰੇ ਨਾਲ ਹੀ, ਉਹਦਾ ਮੇਰੇ ਨਾਲ ਨਹੀਂ ਹੈ, ਕੇਵਲ ਅਤੇ ਕੇਵਲ ਸਰੀਰ ਕਰਕੇ ਇਸ ਦਾ ਮੇਰੇ ਨਾਲ ਸੰਬੰਧ ਹੈ, ਤੂੰ ਭੇਜਿਆ ਇਹ ਸੰਸਾਰ ਦੇ ਉੱਤੇ ਆ ਗਿਆ ਏ, ਅਤੇ ਅੱਜ ਮੈਂ ਅਰਦਾਸ ਕੀਤੀ ਹੈ ਪਰਮਾਤਮਾ ਤੇਰਾ ਸ਼ੁਕਰ ਹੈ, ਜਿਹੜੀ ਜੋਤ ਇੰਨੇ ਚਿਰਾਂ ਤੋਂ ਤੇਰੇ ਕੋਲੋਂ ਵਿਛੜੀ ਸੀ ਅੱਜ ਵਾਪਸ ਤੇਰੇ ਚਰਨਾਂ ਦੇ ਵਿੱਚ ਜਾ ਕੇ ਫਿਰ ਮਿਲ ਗਈ ਹੈ, ਉਹ ਜਿਹੜੀ ਜੋਤ ਹੈ ਉਹ ਫਿਰ ਤੇਰੇ ਚਰਨਾਂ ਦੇ ਵਿੱਚ ਜਾ ਕੇ ਮਿਲ ਗਈ ਹੈ, ਮੈਂ ਤਾਂ ਅਰਦਾਸ ਕੀਤੀ ਸੀ ਅਤੇ ਜਿਹੜੀ ਮੇਰੀ ਅਰਦਾਸ ਆ ਉਹ ਪੂਰੀ ਹੋ ਗਈ। ਬੜਾ ਹੈਰਾਨ ਝੱਲਿਆ ਨਾ ਜਾਵੇ ਸਭ ਕੁਝ ਸੁਣ ਕੇ, ਉਹਨੇ ਆਖਿਆ ਭਾਈ ਭਿਖਾਰੀ ਜੀ, ਮੈਨੂੰ ਤੁਹਾਡੀ ਇੱਕ ਗੱਲ ਸਮਝ ਨਹੀਂ ਆਉਂਦੀ, ਮੈਂ ਪੁੱਛਿਆ ਮਹਾਰਾਜ ਨੂੰ ਵੀ ਜੋ ਵਰਤਾਏ ਸਾਈਂ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ, ਤੁਸੀਂ ਤਾਂ ਭਾਣਾ ਵੀ ਤੁਹਾਡੇ ਸਾਹਮਣੇ ਆ ਕੇ ਫਿੱਕਾ ਪੈ ਗਿਆ, ਭਾਣਾ ਵੀ ਤੁਹਾਡੇ ਸਾਹਮਣੇ ਆ ਕੇ ਕੁਝ ਭਾਣਾ ਲੱਗ ਹੀ ਨਹੀਂ ਰਿਹਾ ਵੀ ਕੋਈ ਪਰਮੇਸ਼ੁਰ ਦਾ ਭਾਣਾ ਵਾਪਰਿਆ, ਇਹ ਭਾਣੇ ਨੂੰ ਸਿਆਹ ਕਿਵੇਂ ਜਾਂਦਾ, ਇਸ ਅਸ਼ਟਪਦੀ ਦੇ ਉੱਤੇ ਸਿੱਖ ਚੱਲ ਕਿਵੇਂ ਸਕਦਾ, ਭਾਣੇ ਨੂੰ ਸਿੱਖ ਮੰਨ ਕਿਵੇਂ ਸਕਦਾ, ਮੈਨੂੰ ਜ਼ਰਾ ਇਹਦੇ ਉੱਤੇ ਜ਼ਰਾ ਚਾਨਣਾ ਪਾਓ। ਭਾਈ ਭਿਖਾਰੀ ਸਤਿਗੁਰਾਂ ਦਾ ਗਿਆਨਵਾਨ ਸਿੱਖ ਅਤੇ ਗੁਰਮਤਿ ਦੇ ਨਾਲ ਚੰਡਿਆ ਹੋਇਆ, ਉਹਨੇ ਸਤਿਸੰਗਤ ਜੀ ਤਿੰਨ ਮਿਸਾਲਾਂ ਦਿੱਤੀਆਂ, ਹੁਣ ਸਮਾਂ ਬਹੁਤਾ ਹੈ ਨਹੀਂ ਹੈ, ਇਸੇ ਕਰਕੇ ਤਿੰਨਾਂ ਦੇ ਵਿੱਚੋਂ ਇੱਕ ਇੱਕ ਮਿਸਾਲ ਕਹਿ ਕੇ ਆਪਾਂ ਕਵਿਤਾ ਦੇ ਉੱਤੇ ਆ ਜਾਣਾ। ਭਾਈ ਭਿਖਾਰੀ ਨੇ ਆਖਿਆ ਭਾਈ ਕਿਦਾਰਿਆ ਸਿੱਖਾ, ਭਾਣਾ ਮੰਨਣ ਦੇ ਵਿੱਚ ਤਿੰਨ ਤਰਤੀਬਾਂ ਆਉਂਦੀਆਂ ਨੇ, ਇਹਦੀਆਂ ਤਿੰਨ ਪੌੜੀਆਂ ਨੇ, ਤਿੰਨ ਅਵਸਥਾਵਾਂ ਨੇ। ਪਹਿਲੀ ਅਵਸਥਾ ਹੈ ਸਬਰ, ਭਾਣੇ ਦੀ ਪਹਿਲੀ ਅਵਸਥਾ ਸਬਰ ਹੈ। ਸਬਰ ਉੱਥੇ ਆ ਕੇ ਕੰਮ ਆਉਂਦਾ ਹੈ ਜਿੱਥੇ ਜਾ ਕੇ ਸਾਡੀ ਕੋਈ ਵਾਹ ਪੇਸ਼ ਨਹੀਂ ਚੱਲਦੀ, ਜਿੱਥੇ ਕਿਤੇ ਸਾਡਾ ਜ਼ੋਰ ਨਹੀਂ ਜੇ ਚੱਲਦਾ। ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਕਿਹਾ, ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਜਿੱਥੇ ਜ਼ੋਰ ਹੀ ਕੋਈ ਨਹੀਂ ਚੱਲਦਾ, ਜਿੱਥੇ ਸਾਡੀ ਵਾਹ ਪੇਸ਼ ਹੀ ਕੋਈ ਨਹੀਂ। ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਆਖਣ ਜ਼ੋਰ ਚੁੱਪੈ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ।
ਨਾਨਕ ਉੱਤਮ ਨੀਚ ਨਾ ਕੋਈ। ਪਰਮੇਸ਼ਰ ਦੇ ਅੱਗੇ ਕੋਈ ਵੀ ਜ਼ੋਰ ਨਹੀਂ ਚੱਲਦਾ। ਜਦੋਂ ਉਹਦਾ ਭਾਣਾ ਵਾਪਰਦਾ ਹੈ, ਪਹਿਲੀ ਅਵਸਥਾ ਸਬਰ ਦੇ ਵਿੱਚ ਆ ਕੇ ਟਿਕਦੀ ਹੈ, ਕਿਉਂਕਿ ਸਾਡਾ ਪਰਮੇਸ਼ਰ ਦੇ ਅੱਗੇ ਕੋਈ ਜ਼ੋਰ ਹੀ ਨਹੀਂ ਹੈ। ਪਰਮੇਸ਼ਰ ਨੇ ਆਪ ਜੀ ਇਸ ਸੰਸਾਰ ਦੇ ਉੱਤੇ ਭੇਜਿਆ, ਉਹ ਆਪ ਭੇਜਿਆ ਅਤੇ ਆਪੇ ਜਦੋਂ ਉਹਨੇ ਸੱਦਿਆ ਉਸ ਨੂੰ ਲੈ ਗਿਆ। ਜਿਹਾ ਚਿਰੀ ਲਿਖਿਆ ਤਿਹਾਂ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜਦੋਂ ਉਹਨੇ ਭੇਜਿਆ ਜੀ ਆ ਜਾਂਦਾ, ਜਦੋਂ ਉਹ ਸਾਦਾ ਉਦੋਂ ਚੱਲਿਆ ਜਾਂਦਾ ਹੈ। ਮਨੁੱਖ ਦੇ ਹੱਥ ਦੇ ਵਿੱਚ ਦੇ ਵਿੱਚ ਨਹੀਂ ਕਿ ਜਦੋਂ ਪਰਮੇਸ਼ਰ ਕਿਸੇ ਸਿੱਖ ਦੀ ਚਿੱਠੀ ਪਾੜੇ ਅਤੇ ਕੋਈ ਉਹਨੂੰ ਬਚਾ ਲਏ, ਉਹਨੂੰ ਕੋਈ ਬਚਾ ਨਹੀਂ ਸਕਦਾ, ਉਹਨੂੰ ਸੰਸਾਰ ਨੂੰ ਛੱਡ ਕੇ ਜਾਣਾ ਹੀ ਪੈਂਦਾ। ਪਰਮੇਸ਼ਰ ਦੇ ਇਸ ਭਾਣੇ ਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਜੇ ਚੱਲਦਾ। ਇਸੇ ਕਰਕੇ ਪਹਿਲਾ ਜਿਹੜਾ ਇਹ ਸਟੈਪ ਹੈ, ਜਿਹੜੀ ਪਹਿਲੀ ਪੌੜੀ ਹੈ, ਪਹਿਲੀ ਅਵਸਥਾ ਹੈ ਭਾਣੇ ਦੀ ਸਬਰ। ਉਹਨੇ ਆਖਿਆ ਜੀ ਦੂਜੀ ਕੀ ਹੈ? ਕਹਿਣ ਲੱਗਾ ਦੂਜੀ ਜਿਹੜੀ ਸਬਰ ਦੀ ਅਵਸਥਾ ਹੈ ਉਹ ਹੈ ਰਜਾ। ਪਹਿਲਾ ਹੈ ਸਬਰ ਅਤੇ ਦੂਜੀ ਹੈ ਰਜਾ, ਕਿ ਜੋ ਪਰਮੇਸ਼ਰ ਕਰਦਾ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਣਾ, ਇਹਨੂੰ ਕਹਿੰਦੇ ਆ ਸਤਿ ਸੰਗਤ ਜੀ ਰਜਾ। ਜੋ ਪਰਮੇਸ਼ਰ ਨੇ ਕੀਤਾ ਉਹਦੇ ਭਾਣੇ ਨੂੰ ਸਤ ਕਰਕੇ ਮੰਨ ਲੈਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਵੇਂ ਉਹਨਾਂ ਨੇ ਮੰਨਿਆ ਅਤੇ ਮੰਨ ਕੇ ਉਹਨਾਂ ਨੇ ਕਿਹਾ ਵੀ ਤੇਰਾ ਭਾਣਾ ਮਿੱਠਾ ਲੱਗੇ। ਰਜਾ ਦੇ ਵਿੱਚ ਕੀ ਆਉਂਦਾ ਹੈ ਕਿ ਜੋ ਪਰਮੇਸ਼ਰ ਕਰ ਦਿੰਦਾ ਸਾਨੂੰ ਉਹ ਸਤ ਕਰਕੇ ਮੰਨਣਾ ਪੈਂਦਾ, ਚਾਹੇ ਉਹ ਦੁੱਖ ਦੇਵੇ ਚਾਹੇ ਉਹ ਸੁੱਖ ਦੇਵੇ, ਸਭ ਕੁਝ ਉਹਦੇ ਭਲੇ ਦੇ ਵਿੱਚ। ਮਹਾਰਾਜ ਨੇ ਕਿਹਾ ਜੇ ਸੁੱਖ ਦੇ ਤਾਂ ਤੁਜੈ ਅਰਾਧੀ ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ। ਇਹਨੂੰ ਕਹਿੰਦੇ ਆ ਸਤ ਸੰਗਤ ਜੀ ਰਜਾ। ਅਤੇ ਜਿਹੜਾ ਜੀਵ ਪਰਮੇਸ਼ੁਰ ਦੀ ਰਜਾ ਦੇ ਵਿੱਚ ਰਹਿੰਦਾ, ਪਰਮੇਸ਼ੁਰ ਦੇ ਭਾਣੇ ਦੇ ਵਿੱਚ ਰਹਿੰਦਾ, ਭਾਈ ਭਿਖਾਰੀ ਨੇ ਕਿਹਾ ਭਾਈ ਕਿਦਾਰਿਆ ਸਿੱਖਿਆ, ਉਹਦੇ ਜਿਉਂਦੇ ਦੀ ਵੀ ਪਰਮੇਸ਼ੁਰ ਦੇ ਨਾਲ ਨਿਭ ਜਾਂਦੀ ਹੈ ਅਤੇ ਜਦੋਂ ਮਰ ਕੇ ਇਹ ਸੰਸਾਰ ਦੇ ਉੱਤੋਂ ਜਾਂਦਾ ਉਦੋਂ ਵੀ ਪਰਮੇਸ਼ੁਰ ਦੇ ਨਾਲ ਨਿਭ ਜਾਂਦੀ ਹੈ। ਮਹਾਰਾਜ ਨੇ ਕਿਹਾ ਪਾਵਨ ਬਾਣੀ ਦੇ ਵਿੱਚ, ਸੇਵਕ ਕੀ ਓੜਕ ਨਿਭ ਹੀ ਪ੍ਰੀਤ। ਕਹਿੰਦੇ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਕਹਿੰਦੇ ਜੈਸੀ ਆ ਗਿਆ ਕਿੰਨੀ ਠਾਕੁਰ ਤਿਸ 'ਤੇ ਮੁੱਖ ਨਹੀਂ ਮੋੜਿਓ। ਕਹਿੰਦੇ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਇਆਹੂ ਕੋ ਦੌਰਿਓ। ਕਹਿੰਦੇ ਜਿੱਧਰ ਪਰਮੇਸ਼ੁਰ ਨੇ ਭਾਣਾ ਕਰ ਦਿੱਤਾ, ਜਿੱਧਰ ਹੁਕਮ ਕਰਤਾ, ਉੱਧਰ ਨੂੰ ਚੱਲ ਪਿਆ। ਕਹਿੰਦੇ ਆ ਗਿਆ ਮੈਂ ਸੂਖ, ਆ ਗਿਆ ਮੈਂ ਸੂਕਾ, ਹਰ ਇੱਕ ਸੋਗ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਓ। ਪਰਮੇਸ਼ੁਰ ਦਾ ਹੁਕਮ ਜੀ ਨੇ ਮੱਥੇ ਦੇ ਉੱਤੇ ਖੁਸ਼ੀ ਦੇ ਨਾਲ ਮੰਨ ਲਿਆ। ਹੁਣ ਸਾਧ ਸੰਗਤ ਜੀ ਇਹ ਵੀ ਗੱਲ ਬੜੀ ਕਹਿ ਦੇਣੀ ਸੌਖੀ ਹੈ, ਇਤਿਹਾਸ ਨੂੰ ਬਿਆਨ ਕਰ ਦੇਣਾ ਬੜਾ ਸੌਖਾ, ਕਹਿ ਦੇਣਾ ਬੜਾ ਸੌਖਾ ਹੈ, ਪਰ ਪਰਮੇਸ਼ੁਰ ਦਾ ਭਾਣਾ ਜਿਹਦੇ ਉੱਤੇ ਵਰਤਦਾ ਜੇਕਰ ਉਹ ਖੁਸ਼ੀ ਦੇ ਨਾਲ ਕਬੂਲ ਕਰਨਾ ਬੜਾ ਔਖਾ ਜੇ। ਆ ਪਿੱਛੇ ਜੇ ਕਰੋਨਾ ਦੇ ਟੀਕੇ ਲੱਗ ਰਹੇ ਸੀ, ਮਾਵਾਂ ਬੱਚਿਆਂ ਨੂੰ ਲੈ ਕੇ ਜਦੋਂ ਡਿਸਪੈਂਸਰੀ ਦੇ ਵਿੱਚ ਜਾਂਦੀਆਂ ਸੀ ਨਾ, ਅਤੇ ਜਦੋਂ ਉਹ ਨਰਸ ਜਦੋਂ ਉਹ ਡਾਕਟਰ ਬੱਚਿਆਂ ਦੇ ਟੀਕਾ ਲਾਉਂਦਾ ਹੁੰਦਾ ਸੀ, ਮਾਵਾਂ ਬੱਚਾ ਛੱਡ ਕੇ ਡਿਸਪੈਂਸਰੀ 'ਚੋਂ ਬਾਹਰ ਆ ਜਾਂਦੀਆਂ ਹੁੰਦੀਆਂ, ਦੇਖਿਆ ਤੱਕ ਨਹੀਂ ਜਾਂਦਾ ਆਪਣਾ ਬੱਚਾ ਬੱਚੇ ਦੇ ਟੀਕਾ ਲੱਗਦਾ। ਇੰਨਾ ਕੁ ਦੁੱਖ ਗੁਰਮੁਖੋ ਪਰਮੇਸ਼ੁਰ ਦਾ ਭਾਣੇ ਦੇ ਵਿੱਚ ਬੰਦੇ ਤੋਂ ਸਹਿਣਾ ਬੜਾ ਔਖਾ ਹੋ ਜਾਂਦਾ ਹੈ। ਅਤੇ ਕਿਤੇ ਆਪਾਂ ਗੁਰੂ ਸਾਹਿਬਾਂ ਦਾ ਜੀਵਨ ਪੜ੍ਹਦੇ ਹਾਂ, ਭਾਣਾ ਉਹਨਾਂ ਨੇ ਮਿੱਠਾ ਕਰਕੇ ਮੰਨਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਜੰਗ ਦੇ ਵਿੱਚ ਟੋਟੇ ਟੋਟੇ ਆਪਣੇ ਬੱਚਿਆਂ ਦੇ ਹੋਏ ਪਏ, ਉੱਥੋਂ ਹੱਸ ਕੇ ਉੱਥੋਂ ਲੰਘ ਜਾਣਾ, ਇਹਨੂੰ ਕਹਿੰਦੇ ਆ ਸਾਧ ਸੰਗਤ ਜੀ ਭਾਣਾ। ਇਹਨੂੰ ਕਹਿੰਦੇ ਆ ਮੰਨ ਲੈਣਾ, ਇਹਨੂੰ ਕਹਿੰਦੇ ਆ ਕਬੂਲ ਕਰ ਲੈਣਾ, ਭਾਵ ਜੋ ਪਰਮੇਸ਼ੁਰ ਨੇ ਕਰਤਾ ਉਹਨੂੰ ਹੱਸ ਕੇ ਕਬੂਲ ਕਰਨ ਲੈਣਾ, ਭਾਣੇ ਦਾ ਦੂਜੀ ਅਵਸਥਾ ਹੈ। ਉਹਨੇ ਆਖਿਆ ਜੀ ਇਹ ਤਾਂ ਬੜੀ ਔਖੀ ਹੈ। ਤੀਸਰੀ ਇਦੋਂ ਭਾਈ ਭਿਖਾਰੀ ਸਿੱਖ ਹੱਸ ਕੇ ਕਹਿੰਦਾ ਭਾਈ ਕਿਦਾਰਿਆ ਤੀਜੀ ਦਾ ਤਾਂ ਅੰਤ ਹੀ ਕੋਈ ਨਹੀਂ ਗਾ। ਉਹਨੇ ਆਖਿਆ ਜੀ ਉਹ ਕਿਵੇਂ? ਕਹਿੰਦਾ ਪਹਿਲੀ ਅਵਸਥਾ ਹੈ ਸਬਰ ਕਰ ਲੈਣਾ, ਦੂਜੀ ਅਵਸਥਾ ਹੈ ਰਜਾ ਦੇ ਵਿੱਚ ਆ ਜਾਣਾ, ਅਤੇ ਤੀਜੀ ਅਵਸਥਾ ਹੈ ਸਭ ਕੁਝ ਸਹਿ ਕੇ ਵੀ ਦੂਸਰਿਆਂ ਦਾ ਭਲਾ ਕਰਨਾ, ਸਾਰਾ ਕੁਝ ਆਪਣੇ ਉੱਤੇ ਹੰਢਾ ਕੇ ਵੀ ਦੂਸਰਿਆਂ ਦਾ ਭਲਾ ਕਰਨਾ, ਇਹ ਤੀਜੀ ਅਵਸਥਾ ਹੈ। ਉਹਨੇ ਆਖਿਆ ਜੀ ਮੈਂ ਇਸ ਅਵਸਥਾ ਦੇ ਬਾਰੇ ਸਮਝਿਆ ਨਹੀਂ, ਤੀਜੀ ਅਵਸਥਾ ਕਿਵੇਂ ਹੋ ਸਕਦੀ ਹੈ?
ਭਾਈ ਭਿਖਾਰੀ ਸਿੱਖ ਨੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਉਹਨੂੰ ਇੱਕ ਉਦਾਹਰਣ ਦੇ ਕੇ ਆਖਿਆ, ਕਹਿੰਦਾ ਵੇਖ ਗੁਰੂ ਕੇ ਸਿੱਖ ਦਾ ਇੱਕ ਜੀਵਨ ਇਸ ਤਰੀਕੇ ਦੇ ਨਾਲ ਹੁੰਦਾ ਜਿਵੇਂ ਇੱਕ ਰੁੱਖ ਹੁੰਦਾ, ਜਿਵੇਂ ਇੱਕ ਬ੍ਰਿਖ ਹੁੰਦਾ। ਬ੍ਰਿਖ ਦਾ ਜਿਹੜਾ ਮੁੱਖ ਆ ਉਹ ਥੱਲੇ ਹੁੰਦਾ, ਸ਼ਾਖਾਵਾਂ ਉਹਦੀਆਂ ਉੱਤੇ ਹੁੰਦੀਆਂ ਨੇ, ਧਰਤੀ ਉੱਤੇ ਰੁੱਖੜਾ। ਕਹਿੰਦੇ ਜਿਹੜਾ ਸਿਰ ਆ ਉਹ ਥੱਲੇ ਹੈ ਅਤੇ ਲੱਤਾਂ ਰੁੱਖ ਦੀਆਂ ਉੱਤੇ ਨੇ, ਭਾਵ ਛਾਂ ਦੇ ਕੇ ਵੀ ਜਿਹੜਾ ਮਨੁੱਖ ਉਹਦੇ ਥੱਲੇ ਆਉਂਦਾ ਉਸ ਨੂੰ ਛਾਂ ਦੇ ਰਿਹਾ, ਉਹਦੇ ਉੱਤੇ ਧੁੱਪ ਦੀਆਂ ਕਿਰਨਾਂ ਉਹ ਪੈਣ ਨਹੀਂ ਜੇ ਦਿੰਦਾ। ਧਰਤੀ ਉੱਤੇ ਰੁੱਖੜਾ, ਕਹਿੰਦੇ ਮੁੱਖ ਨੀਚੇ ਸਿਰ ਤਲਵਾਇਆ। ਕਹਿੰਦੇ ਉਹ ਜਿਹੜਾ ਮੁੱਖ ਆ ਉਹ ਥੱਲੇ ਆ, ਸਿਰ ਵੀ ਥੱਲੇ ਆ, ਪਰ ਪੇੜੀਆਂ ਜਿਹੜੀਆਂ ਸ਼ਾਖਾਵਾਂ ਨੇ ਉਹ ਉੱਤੇ ਨੇ, ਉਦੋਂ ਉੱਤੇ ਕੀ ਹੁੰਦਾ। ਕਹਿੰਦੇ ਹੁਣ ਕੋਈ ਗੁਰੂ ਕਾ ਸਿੱਖ ਉਹਦੇ ਥੱਲੇ ਆ ਕੇ ਛਾਂ ਮਾਣਦਾ, ਉਹਦੇ ਥੱਲੇ ਆ ਕੇ ਜਿਹੜਾ ਉਹ ਭਾਣਾ ਵਾਪਰਦਾ, ਸਭ ਕੁਝ ਸਹਾਰ ਕੇ ਵੀ ਧੁੱਪ ਦੀਆਂ ਕਿਰਨਾਂ ਜਿਹੜਾ ਰਾਹੀ ਉਹਦੇ ਥੱਲੇ ਆ ਕੇ ਬੈਠਾ, ਉਹਦੇ ਉੱਤੇ ਪੈਣ ਨਹੀਂ ਜੇ ਦਿੱਤੀਆਂ, ਭਾਣਾ ਮੰਨਿਆ। ਰਾਹੀ ਨੂੰ ਦੱਸਿਆ ਵੀ ਇਸ ਰੁੱਖ ਦੇ ਉੱਤੇ ਜਿਹੜੇ ਫਲ ਬੜੇ ਸੋਹਣੇ ਲੱਗੇ ਹੋਏ ਹੈ, ਉਹਨੇ ਆਖਿਆ ਕਿਉਂ ਨਾ ਵੱਟਾਂ ਮਾਰ ਕੇ ਮੈਂ ਇਹਨਾਂ ਫਲਾਂ ਨੂੰ ਹੀ ਖਾ ਲਵਾਂ। ਉਹਨੇ ਵੱਟਾਂ ਮਾਰਿਆ ਅਤੇ ਰੁੱਖ ਨੇ ਕੀ ਦਿੱਤਾ, ਅੱਗੋਂ ਫਲ ਦਿੱਤਾ। ਉਹਨੇ ਵੱਟਾਂ ਮਾਰਿਆ, ਉਹਨੇ ਫਲ ਦਿੱਤਾ, ਫਲ ਖਾ ਲਿਆ, ਉਸ ਤੋਂ ਬਾਅਦ ਉਹਦੀ ਸ਼ਾਮ ਆਣੀ ਅਤੇ ਉਸ ਤੋਂ ਬਾਅਦ ਸ਼ਾਮ ਆਣ ਕੇ ਵਿਚਾਰ ਆਇਆ ਵੀ ਆਹ ਰੁੱਖ ਦੀ ਤਾਂ ਪੋਰੀ ਬੜੀ ਸਿੱਧੀ ਹੈ, ਇਹਦਾ ਤਾਂ ਡਹਿਣਾ ਬੜਾ ਸਿੱਧਾ, ਹੋਵੇ ਨਾ ਇਹਨੂੰ ਵੱਢ ਕੇ ਲੈ ਜਾਂ ਘਰ ਦੇ ਵਿੱਚ ਲਾਵਾਂ, ਜਾ ਕੇ ਕਿਸੇ ਛੱਤ ਦੇ ਵਿੱਚ ਸ਼ਤੀਰ ਬਣਾ ਕੇ ਮੀਂਹ ਕਣੀ ਤੋਂ ਜਿਹੜੀ ਮੇਰੀ ਹੈ ਰੱਖਿਆ ਕਰੇਗਾ। ਭਲਾ ਕਿੱਦਾਂ ਦਾ ਹੁੰਦਾ। ਕਹਿੰਦੇ ਤੀਜੀ ਅਵਸਥਾ ਦੇ ਵਿੱਚ ਜਾ ਕੇ ਸਮਝਾਇਆ, ਕਹਿੰਦੇ ਰੁੱਖ ਨੇ ਧੁੱਪ ਆਪਣੇ ਉੱਤੇ ਸਹੀ ਉਹਨੂੰ ਛਾਂ ਦਿੱਤੀ, ਵੱਟੇ ਖਾ ਕੇ ਉਹਨੂੰ ਫਲ ਦਿੱਤੇ ਅਤੇ ਜੇਕਰ ਆਪਣਾ ਆਪ ਉਹਨੇ ਵਢਾ ਵੀ ਦਿੱਤਾ, ਕਹਿੰਦੇ ਉਹਦੀ ਛੱਤ ਦੇ ਵਿੱਚ ਬਾਲਾ ਅਤੇ ਸ਼ਤੀਰ ਬਣ ਕੇ ਲੱਗ ਕੇ ਵੀ ਉਹਨੂੰ ਉਹਦਾ ਭਲਾ ਲੋਚ ਰਿਹਾ, ਉਹਦਾ ਸੁੱਖ ਭਾਲ ਰਿਹਾ। ਆਹ ਹੁੰਦਾ ਸਾਧ ਸੰਗਤ ਜੀ ਭਾਣੇ ਦੀ ਤੀਜੀ ਅਵਸਥਾ, ਸਭ ਕੁਝ ਸਹਿ ਕੇ ਵੀ ਆਪਣਾ ਭਲਾ ਕਰਨਾ। ਭਾਈ ਕਿਦਾਰੇ ਸਿੱਖ ਦੇ ਹੱਥ ਜੁੜ ਗਏ, ਉਹਨੇ ਆਖਿਆ ਪਰਮੇਸ਼ੁਰ ਦਾ ਭਲਾ ਸਹਿਣਾ ਬੜਾ ਔਖਾ ਜੇ। ਭਾਈ ਭਿਖਾਰੀ ਨੇ ਆਖਿਆ ਵੀ ਸਿੱਖਾ ਸਭ ਕੁਝ ਹੈ ਹੀ ਭਲੇ ਦੇ ਵਿੱਚ, ਸਭ ਕੁਝ ਹੈ ਹੀ ਭਾਣੇ ਦੇ ਵਿੱਚ, ਜੇਕਰ ਭਾਣਾ ਮੰਨ ਕੇ ਚੱਲੇਗਾ ਤਾਂ ਸਦੀਵੀ ਸੁਖੀ ਰਹੇਗਾ, ਕਿਉਂਕਿ ਸਾਰੀ ਖੇੜੀ ਪਰਮੇਸ਼ੁਰ ਦੇ ਭਾਣੇ ਦੇ ਵਿੱਚ ਹੈ। ਮਹਾਰਾਜ ਨੇ ਕਿਹਾ ਜੋ ਤੁਧ ਕਰਨਾ ਸੋ ਕਰ ਪਾਇਆ, ਭਾਣੇ ਵਿੱਚ ਕੋ ਵਿਰਲਾ ਆਇਆ, ਭਾਣਾ ਮੰਨੇ ਸੋ ਸੁੱਖ ਪਾਏ, ਭਾਣੇ ਵਿੱਚ ਸੁੱਖ ਪਾਏਗਾ, ਸਾਰਾ ਸੁੱਖ ਹੀ ਭਾਣੇ ਦੇ ਵਿੱਚ ਹੈ, ਭਾਣੇ ਦੇ ਵਿੱਚ ਹੀ ਖੇਡ ਸਾਜੀ ਗਈ ਹੈ। ਮਹਾਰਾਜ ਨੇ ਕਿਹਾ ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਣ ਰਹਾਇਆ। ਕਹਿੰਦੇ ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ ਮਾਇਆ ਮੋਹ ਵਧਾਏਗਾ, ਹਰ ਇੱਕ ਚੀਜ਼ ਭਾਣੇ ਦੇ ਵਿੱਚ ਹੈ, ਜੀਵ ਆਉਂਦਾ ਭਾਣੇ ਦੇ ਵਿੱਚ ਹੈ, ਜੀਵ ਜਾਂਦਾ ਭਾਣੇ ਦੇ ਵਿੱਚ ਹੈ, ਇੱਥੇ ਹਰ ਇੱਕ ਚੀਜ਼ ਹੀ ਭਾਣੇ ਦੇ ਵਿੱਚ ਹੈ। ਜੇ ਪਰਮੇਸ਼ੁਰ ਦੇ ਭਾਣੇ ਦੇ ਵਿੱਚ ਰਹੇਗਾ ਤਾਂ ਹਮੇਸ਼ਾ ਸੁਖੀ ਰਹੇਗਾ, ਕਿਉਂਕਿ ਸੁੱਖ ਹੀ ਪਰਮੇਸ਼ੁਰ ਦੇ ਨਾਲ ਰਹਿਣਾ, ਪਰਮੇਸ਼ੁਰ ਤੋਂ ਵਿਟਰ ਕੇ ਕਦੇ ਵੀ ਸੁੱਖ ਨਹੀਂ। ਆਓ ਸਰਵਣ ਕਰੀਏ ਸਾਧ ਸੰਗਤ ਜੀ, ਭਾਈ ਕਿਦਾਰਾ ਸਿੱਖ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਗੁਜਰਾਤ ਪਹੁੰਚਿਆ, ਸੁਖਣੀ ਸਾਹਿਬ ਜੀ ਦੀਆਂ ਉਸ ਅਸ਼ਟਪਦੀਆਂ ਨੂੰ ਸਮਝਣ ਵਾਸਤੇ ਅਤੇ ਭਾਣੇ ਦੀ ਗੱਲ ਸਮਝਾ ਕੇ ਭਾਈ ਭਿਖਾਰੀ ਜੀ ਉਹਨੂੰ ਜਿਵੇਂ ਜੀਵਨ ਦੀ ਸਿੱਖਿਆ ਦੇ ਕੇ ਇੱਕ ਸਿੱਧੇ ਰਾਹ ਦੇ ਉੱਤੇ ਪਾ ਰਹੇ ਹੈ। ਢਾਡੀ ਜਥਾ ਉਹਨਾਂ ਸਧਰਾਂ ਨੂੰ ਆਪ ਸੰਗਤ ਦੇ ਸਨਮੁਖ ਪਿਆਰ ਸਹਿਤ ਇਉਂ ਰੱਖ ਰਹੇ।
ਭਾਈ ਤੂੰ ਭਾਣੇ ਵਿੱਚ ਰਹਿ ਓਏ ਮਣਾ ਹੁੰਦਾ ਭਾਣੇ ਵਿੱਚ ਸੁੱਖ ਮੇਰੇ ਭਾਈ ਤੂੰ ਭਾਣੇ ਵਿੱਚ ਰਹਿ ਓਏ ਮਣਾ ਰਚਨਹਾਰੇ ਨੇ ਖੇਡ ਰਚਾਈ ਜਿਸ ਵਿੱਚ ਦੁਨੀਆ ਖੇਡੇ ਰਾਤ ਦਿਵਸ ਦਾ ਖੇਲ ਬਣਾਇਆ ਆਉਣ ਜਾਣ ਦੇ ਖੇਡੇ ਰਚਨਹਾਰੇ ਨੇ ਖੇਡ ਰਚਾਈ ਜਿਸ ਵਿੱਚ ਦੁਨੀਆ ਖੇਡੇ ਰਾਤ ਦਿਵਸ ਦਾ ਖੇਲ ਬਣਾਇਆ ਆਉਣ ਜਾਣ ਦੇ ਖੇਡੇ ਇੱਥੇ ਕਾਲ ਮਾਇਆ ਬਣੇ ਨੇ ਕਸਾਈ ਤੂੰ ਭਾਣੇ ਵਿੱਚ ਰਹਿ ਓਏ ਮਨਾ ਹੁੰਦਾ ਭਾਣੇ ਵਿੱਚ ਸੁੱਖ ਮੇਰੇ ਭਾਈ ਤੂੰ ਭਾਣੇ ਵਿੱਚ ਰਹਿ ਓਏ ਮਨਾ ਹੁੰਦਾ ਭਾਣੇ ਵਿੱਚ ਸੁੱਖ ਮੇਰੇ ਭਾਈ ਤੂੰ ਭਾਣੇ ਵਿੱਚ ਰਹਿ ਓਏ ਮਨਾ ਚਿਰਾਂ ਬਾਅਦ ਇਹ ਜੀਵਨ ਮਿਲਿਆ ਜੱਗ ਵਿੱਚ ਹੋਏ ਮੇਲੇ ਪੰਛੀ ਜੋ ਬਿਰਖਾਂ ਦੇ ਇਕੱਠੇ ਚਲੋ ਚਲੀ ਦੇ ਮੇਲੇ ਚਿਰਾਂ ਬਾਅਦ ਇਹ ਜੀਵਨ ਮਿਲਿਆ ਜੱਗ ਵਿੱਚ ਹੋਏ ਮੇਲੇ ਪੰਛੀ ਜੋ ਬਿਰਖਾਂ ਦੇ ਇਕੱਠੇ ਚਲੋ ਚਲੀ ਦੇ ਮੇਲੇ ਇੱਥੇ ਰਹਿਣਾ ਨਾ ਕੋਈ ਰਾਜਾ ਤੇ ਨਾ ਰਾਈ ਤੂੰ ਭਾਣੇ ਵਿੱਚ ਰਹਿ ਓਏ ਮਨਾ ਹੁੰਦਾ ਭਾਣੇ ਵਿੱਚ ਸੁੱਖ ਮੇਰੇ ਭਾਈ ਤੂੰ ਭਾਣੇ ਵਿੱਚ ਰਹਿ ਓਏ ਮਨਾ ਹੁੰਦਾ ਭਾਣੇ ਵਿੱਚ ਸੁੱਖ ਮੇਰੇ ਭਾਈ ਤੂੰ ਭਾਣੇ ਵਿੱਚ ਰਹਿ ਮਨਾ ਜਪੋ ਜੀ ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਹੋ ਜਿਸਨੇ ਦਿੱਤੀ ਉੱਤਮ ਦੇਹੀ ਉਸ ਦਾ ਸ਼ੁਕਰ ਮਨਾਈਏ ਉਹਦੇ ਪਾਣੇ ਦੇ ਵਿੱਚ ਰਹਿ ਕੇ ਜੀਵਨ ਸਫਲ ਬਣਾਈਏ ਜਿਸਨੇ ਦਿੱਤੀ ਉੱਤਮ ਦੇਹੀ ਉਸ ਦਾ ਸ਼ੁਕਰ ਮਨਾਈਏ ਉਹਦੇ ਪਾਣੇ ਦੇ ਵਿੱਚ ਰਹਿ ਕੇ ਜੀਵਨ ਸਫਲ ਬਣਾਈਏ ਆਵੇ ਵਾਰ ਵਾਰ ਹੱਥ ਨਾ ਏ ਵਾਰੀ ਤੂੰ ਪਾਣੇ ਵਿੱਚ ਰਹਿ ਓਏ ਮਨਾ ਹੁੰਦਾ ਪਾਣੇ ਵਿੱਚ ਸੁੱਖ ਮੇਰੇ ਭਾਈ ਤੂੰ ਪਾਣੇ ਵਿੱਚ ਰਹਿ ਓਏ ਮਨਾ ਹੁੰਦਾ
ਬਾਣੇ ਵਿੱਚ ਸੁਖ ਮੇਰੇ ਭਾਈ, ਤੂੰ ਬਾਣੇ ਵਿੱਚ ਰਹਿ ਮਨਾ। ਵਿੱਚ ਆਉਂਦੇ ਸਗਲੇ ਜੰਤ ਪਿਆਰੇ, ਸਦਿਓ ਛੱਡਣਾ ਜੱਗ ਪੈਂਦਾ ਉਹਦੇ ਰੰਗ ਨਿਆਰੇ। ਉਹਦੇ ਕੱਲੇ ਜੱਗ ਵਿੱਚ ਆਉਂਦੇ ਸਗਲੇ ਜੰਤ ਪਿਆਰੇ, ਸਦਿਓ ਛੱਡਣਾ ਜੱਗ ਪੈਂਦਾ ਉਹਦੇ ਰੰਗ ਨਿਆਰੇ। ਨਿਰਮਲ ਤੇਰੀ ਵੀ ਆਊਗੀ ਇਹ ਵਾਰੀ, ਤੂੰ ਪਾਣੇ ਵਿੱਚ ਰਹਿ ਮਨਾ। ਹੁੰਦਾ ਪਾਣੇ ਵਿੱਚ ਸੁੱਖ ਮੇਰੇ ਭਾਈ, ਤੂੰ ਪਾਣੇ ਵਿੱਚ ਰਹਿ ਮਨਾ। ਹੁੰਦਾ ਪਾਣੇ ਵਿੱਚ ਸੁੱਖ ਮੇਰੇ ਭਾਈ, ਤੂੰ ਪਾਣੇ ਵਿੱਚ ਰਹਿ ਮਨਾ, ਤੂੰ ਪਾਣੇ ਵਿੱਚ ਰਹਿ ਮਨਾ, ਤੂੰ ਪਾਣੇ ਵਿੱਚ ਰਹਿ ਮਨਾ। ਹੁੰਦਾ ਭਾਣੇ ਵਿੱਚ ਸੁੱਖ ਮੇਰੇ ਭਾਈ, ਤੂੰ ਭਾਣੇ ਵਿੱਚ ਰਹਿ ਹੋਏ ਮਨਾ। ਜੀਵ ਸੰਸਾਰ ਦੇ ਉੱਤੇ ਆਉਂਦਾ ਹੈ ਭਾਈ ਕਦਾਰਿਆ ਸਿੱਖ, ਪਰਮੇਸ਼ੁਰ ਦੀ ਮਰਜ਼ੀ ਦੇ ਨਾਲ ਆਉਂਦਾ ਅਤੇ ਪਰਮੇਸ਼ੁਰ ਦੀ ਮਰਜ਼ੀ ਦੇ ਨਾਲ ਚੱਲਿਆ ਜਾਂਦਾ। ਮਨੁੱਖ ਪਰਮੇਸ਼ੁਰ ਨੂੰ ਭੁੱਲ ਕੇ ਕੇਵਲ ਸਰੀਰ ਕਰਕੇ ਜਿਹੜਾ ਉਸ ਮਨੁੱਖ ਨੂੰ ਰੋਈ ਜਾਂਦਾ। ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਕਿਹਾ, ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕੇ ਰੋਵੈ ਬਾਲ ਰੰਗੀਲਾ, ਜਿਸ ਕਾ ਸਾਹ ਸੁੱਤੇ ਨਹੀਂ ਲੀਆ ਭੁੱਲਾ ਰੋਵਣ ਹਾਰਾ। ਭੁੱਲਾ ਮਨੁੱਖ ਹੈ ਜਿਹੜਾ ਇਸ ਕਰਨੀ ਦੇ ਉੱਤੇ ਇਸ ਭਾਣੇ ਉੱਤੇ ਰੋਂਦਾ ਹੈ, ਪਰ ਜਿਹੜਾ ਮਨੁੱਖ ਭਾਣੇ ਦੇ ਵਿੱਚ ਆ ਜਾਂਦਾ, ਉਹਨੂੰ ਜਿਹਨੂੰ ਭਾਣੇ ਦਾ ਭੇਤ ਆ ਜਾਂਦਾ, ਉਹ ਕਦੇ ਵੀ ਪਰਮੇਸ਼ੁਰ ਦੇ ਭਾਣੇ ਨੂੰ ਬੁਰਾ ਨਹੀਂ ਜਿੰਮਣਦਾ। ਉਹ ਕੀ ਕਹਿੰਦਾ? ਕਹਿੰਦਾ ਜੇਕਰ ਦੁੱਖ ਵੀ ਹੈ ਤਾਂ ਵੀ ਸਾਨੂੰ ਸੁੱਖ ਹੈ, ਅਤੇ ਜੇਕਰ ਤੂੰ ਭੁੱਖ ਦੇ ਵਿੱਚ ਰੱਖਦਾ ਤਾਂ ਵੀ ਸਾਨੂੰ ਸੁੱਖ ਹੈ। ਇਹ ਸਾਰਾ ਹੀ ਪਰਮੇਸ਼ੁਰ ਦਾ ਭਾਣਾ। ਸੋ ਸਾਧ ਸੰਗਤ ਜੀ, ਮੁੱਖ ਦੀ ਗੱਲ ਕਰੀਏ, ਗੁਜਰਾਤ ਦੇ ਵਿੱਚੋਂ ਲੈ ਕੇ ਜਦੋਂ ਸਿੱਖਿਆ ਭਾਣੇ ਦੇ ਅਰਥ ਸਮਝ ਕੇ, ਉਸ ਅਸ਼ਟਪਦੀ ਦੇ ਅਰਥ ਸਮਝ ਕੇ, ਜਦੋਂ ਵਾਪਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਭਾਈ ਕਦਾਰਾ ਸਿੱਖ ਮੁੜ ਕੇ ਆਇਆ ਨਾ, ਉਹਨੇ ਆਖਿਆ, ਮਹਾਰਾਜ ਵਾਕੀ ਤੇਰੇ ਸਿੱਖਾਂ ਦਾ ਭਾਣਾ ਬਹੁਤ ਵੱਡਾ। ਉਹਨਾਂ ਨੇ ਭਾਣਾ ਵੀ ਉਹਨਾਂ ਦੇ ਅੱਗੇ ਫਿੱਕਾ ਲੱਗਦਾ, ਤੁਸੀਂ ਵਾਕਈ ਗੱਲ ਸੱਚ ਕਹਿ ਰਹੇ ਸੀ, ਭਾਣਾ ਮੰਨਣਾ ਬੜਾ ਔਖਾ ਹੈ। ਮਹਾਰਾਜ ਨੇ ਆਖਿਆ, ਔਖਾ ਤਾਂ ਲੱਗਦਾ ਜੇ ਪਰਮੇਸ਼ੁਰ ਦੀ ਰਜ਼ਾ ਨਾ ਹੋਵੇ ਸਾਡੇ। ਜਦੋਂ ਅਸੀਂ ਉਹਦੀ ਰਜ਼ਾ ਦੇ ਵਿੱਚ ਰਹਿੰਦੇ ਹਾਂ, ਫਿਰ ਭਾਣਾ ਮੰਨਣਾ ਵੀ ਸੌਖਾ ਹੋ ਜਾਂਦਾ। ਬਸ ਗੱਲ ਇਹ ਹੈ ਵੀ ਜਿਹੜਾ ਜੀਵ ਆਪਣੀ ਚਤੁਰਾਈ ਵਰਤਦਾ, ਆਪਣੀ ਮਤ ਵਰਤਦਾ, ਉਹ ਹਮੇਸ਼ਾ ਹੀ ਗੁਰੂ ਕੇ ਭਾਣੇ ਤੋਂ ਦੂਰ ਰਹਿੰਦਾ, ਅਤੇ ਉਹ ਕਦੇ ਵੀ ਆਪਣੇ ਪਰਮੇਸ਼ੁਰ ਆਪਣੇ ਖਸਮ ਨੂੰ ਪਾ ਨਹੀਂ ਜੀ ਸਕਦਾ, ਕਿਉਂਕਿ ਉਹਦੀ ਆਪਣੀ ਚਤੁਰਾਈ ਵਿੱਚ ਆਈ ਜਾਂਦੀ ਹੈ। ਮਹਾਰਾਜ ਨੇ ਕਿਹਾ, ਮਨਮੁੱਖ ਅੰਧ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ। ਕਹਿੰਦੇ ਆਵੇ ਜਾਵੇ ਭਵਾਈਏ ਜੋਨੀ, ਕਹਿੰਦੇ ਉਹ ਜਿਹੜਾ ਆਉਂਦਾ ਜਾਂਦਾ ਰਹਿੰਦਾ, ਵਾਪਸ ਜੰਮਣ ਮਰਨ ਦੇ ਵਿੱਚ ਪਿਆਰ ਰਹਿੰਦਾ, ਘਰ ਮਹਿਲ ਨਾ ਕਬਹੂ ਪਾਏਂਦਾ, ਕਹਿੰਦੇ ਆਪਣਾ ਘਰ ਆ ਆਪਣਾ ਮਹਿਲ ਉਹ ਕਦੇ ਵੀ ਪਹਿਚਾਣ ਨਹੀਂ ਸਕਦਾ। ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਚੱਲਦਾ, ਉਹ ਆਪਣੇ ਅੰਦਰ ਦੀ ਸਾਰ ਵੀ ਲੈ ਲੈਂਦਾ, ਗੁਰੂ ਦੁਆਰਾ ਦਿੱਤਾ ਹੋਇਆ ਅੰਮ੍ਰਿਤ ਵੀ ਪੀਂਦਾ, ਅਤੇ ਉਸ ਘਰ ਦੇ ਵਿੱਚ ਵੀ ਚੱਲਦਾ, ਪਰ ਮਿਲਦਾ ਉਸ ਨੂੰ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਚੱਲਦਾ। ਤਾਂ ਕਰਕੇ ਮਹਾਰਾਜ ਨੇ ਕਿਹਾ, ਮਨ ਮੇਰੇ ਸਤਿਗੁਰ ਕਾ ਭਾਣਾ ਚੱਲ, ਕਹਿੰਦੇ ਨਿੱਜ ਘਰ ਵਸਾ ਅੰਮ੍ਰਿਤ ਪੀਵੇ ਤਾਂ ਸੁੱਖ ਲਏ ਮਹੱਲ। ਫਿਰ ਕਿਧਰੇ ਜਾ ਕੇ ਗੁਰਮੁਖੋ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ।
ਸੋ ਹੁਣ ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇੰਨੇ ਸਮੇਂ ਦੇ ਅੰਦਰ ਢਾਡੀ ਵਾਰਾ ਗਾਇਨ ਕਰਦੇ ਹਾਂ। ਗੋਰੇ ਇਤਿਹਾਸ ਕਹਿੰਦੇ ਆ, ਏਕ ਨਹੀਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋ ਗਈਆਂ ਨੇ। ਆਪ ਰੱਬ ਰੂਪ ਸੰਗਤ ਅਤੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਣ ਜੋਗੋ ਬਖਸ਼ ਲੈਣਾ ਜੀ, ਬਹੁਤ ਬਹੁਤ ਧੰਨਵਾਦ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਹੈ ਗੁਰਮੁਖੋ ਪਿਆਰਿਓ, ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼, ਸਾਡੇ ਉਸਤਾਦ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਅਤੇ ਉਹਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ, ਉਹਨਾਂ ਦਾ ਹੀ ਰੂਪ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸੋ ਇੰਨੀਆਂ ਬੇਨਤੀਆਂ ਦੇ ਨਾਲ ਇੱਕ ਵਾਰ ਫਿਰ ਖਿਮਾ ਦੇ ਜਾਚਕਾਂ ਦਿਓ ਆ ਗਿਆ, ਸਾਰੀ ਸੰਗਤ ਗੱਜ ਕੇ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।